ਰੋਲਦਾ ਫਿਰਦਾ ਸੀ ਕਦੀ ਇੱਧਰ ਕਦੀ ਉੱਧਰ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨੂੰ ਪ੍ਰਧਾਨ ਬਣਾ ਦਿੱਤਾ, ਲੇਕਿਨ ਵਿੱਚੋਂ ਇਹ ਕੀ ਸੀ ਕਰਦਾ, ਹਰ ਤੀਜੇ ਮਹੀਨੇ ਚੌਥੇ ਮਹੀਨੇ ਸਰਸੇ ਨੂੰ ਕੱਢ ਦਿਓ ਜੀ। ਲੇਕਿਨ ਸੱਚਾਈ ਜਿਹੜੀ ਜਦੋਂ ਪਤਾ ਲੱਗਾ ਇਹ ਉਹਨੂੰ ਕੱਢਦਾ, ਇਸ ਕਰਕੇ ਸੀ ਉਹ ਹਿਸਾਬ 'ਤੇ ਨਜ਼ਰ ਰੱਖਦਾ ਸੀ, ਇਹ ਕਰਦਾ ਸੀ ਹੇਰਾ ਫੇਰੀ, ਉਹ ਕਰ ਨਹੀਂ ਦਿੰਦਾ। ਉਹਨੇ ਫਿਰ ਪੇਪਰ ਫੜਦੇ ਸਾਰੇ, ਫੜ ਕੇ ਇਹਦੇ ਘਰ ਗਿਆ ਫਾਈਲ ਲੈ ਕੇ, ਬਈ ਆਹ ਤੇਰੇ ਕਾਗਜ਼ ਨੇ ਫੜ ਲਏ ਸਾਰੇ। ਤੁਸੀਂ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ, ਇਹ ਕਿੱਦਾਂ ਹੋ ਸਕਦਾ ਕਿ ਗੁਰਦੁਆਰਾ ਕਮੇਟੀ ਦੇ ਨੱਕ ਦੇ ਥੱਲੇ ਸਾਰੇ ਕੰਮ ਹੋ ਰਹੇ ਸੀ ਔਰ ਉਹਦੇ ਮੈਂਬਰਾਂ ਨੂੰ ਨਾ ਪਤਾ ਹੋਵੇ ਕਿ ਜੋ ਕੁਝ ਇਹਨੇ ਕੀਤਾ? ਇਹ ਚਾਰ ਬੰਦੇ ਸੀ, ਸਾਨੂੰ ਨਹੀਂ ਪਤਾ ਲੱਗਾ ਵੀ ਕੀ ਕਰਦੇ ਆ। ਮੈਂ ਕਿਹਾ ਆਇਡੈਂਟੀਫਾਈ ਕਰ ਸਰਸਾ, ਨਹੀਂ ਤਾਂ ਤੂੰ ਜ਼ਿੰਮੇਵਾਰ ਇਸ ਗੱਲ ਦਾ, ਤੂੰ ਕਿੱਦਾਂ ਬਚ ਸਕਦਾ? ਮੈਂ ਕਿਹਾ ਤੂੰ ਜਨ ਸਕੱਤਰ ਹੈ, ਗੋਲਕ ਹਮੇਸ਼ਾ ਖੁੱਲਦੀ ਆ, ਸਿੱਧੀ ਬੈਂਕ ਜਾਂਦੀ ਆ, ਅੱਜ ਦੀ ਨਹੀਂ 1975 ਤੋਂ ਲੈ ਕੇ ਅੱਜ ਤੱਕ ਕਦੇ ਵੀ ਗੋਲਕ ਖੁੱਲ ਕੇ ਇੱਥੇ ਨਹੀਂ ਆਈ। ਇਹ ਜਿੱਦ ਦਾ ਇਹ ਆਇਆ, ਇਹ ਗੋਲਕ ਚੁੱਕੀ ਇੱਥੇ ਖੋਲੀ ਜਾ ਕੇ, ਇੱਥੇ ਖੁੱਲ ਗਈ, 10 ਲੱਖ ਖਰਚ ਲਓ, 20 ਖਰਚ ਲਓ, 30 ਕਰ ਲਓ, 40 ਖਰਚ ਲਓ, ਤੋ ਮੈਨੂੰ ਲਿੱਤਾ 50 ਲੱਖ ਰੁਪਈਆ। ਜੱਜ ਨੇ ਸਵਾਲ ਕੀਤਾ ਹੈ ਵੀ ਤੂੰ ਦੇ ਕੇ ਦੱਸ ਸਕਦਾ ਵੀ 50 ਲੱਖ ਪਹਿਲਾਂ ਕਿਤੇ ਦਿੱਤਾ, ਤੈਨੂੰ ਤੂੰ ਪਾਵਰ ਕੈਸ਼ 50 ਲੱਖ ਦੇਣ ਦੀ ਜੀ, ਬੜਾ ਬੜਾ ਵੱਡਾ ਕਦ ਹੋ ਚੱਲਿਆ ਸੀ, ਕਦ ਤੇਰਾ ਕੀ ਹੋ ਚੱਲਿਆ ਸੀ, ਤੈਨੂੰ ਇੱਥੇ ਕੋਈ ਮਰਾਸੀ ਨਹੀਂ ਪੁੱਛਦੇ ਸੀ। ਫਿਰ ਇਹ ਝੂਠ ਬੋਲਦਾ ਹੈ ਕਿ ਬਾਬਾ ਜਿਹੜਾ ਹੋਇਆ ਉਹਦਾ ਸਮਝੌਤਾ ਸੱਚੇ ਸੌਦੇ ਵਾਲੇ ਦਾ, ਉਹ ਮੈਂ ਉਹਦੇ ਖਿਲਾਫ਼ ਬੋਲਿਆ, ਮੈਂ ਉਹਦੇ ਵਿਰੋਧਤਾ ਕੀਤੀ ਆ। ਜੇ ਤੂੰ ਵਿਰੋਧਤਾ ਕੀਤੀ ਸੀ ਤਾਂ ਤੇਰਾ ਮਾਸੀ ਦਾ ਪੁੱਤ ਸੀ ਉੱਥੇ, ਜਦੋਂ ਤੂੰ ਬੱਸ ਭਰ ਕੇ ਗਿਆ ਮੈਂਬਰਾਂ ਨੂੰ ਜਾ ਕੇ ਉੱਥੇ ਤੂੰ ਵਧਾਈ ਦੇ ਗਿਆ, ਅਕਾਲ ਤਖ਼ਤ 'ਤੇ ਵਧਾਈ ਦੇ ਗਿਆ। ਇਹਨੂੰ ਮੂੰਹ ਨਾ ਲਓ, ਜਿੰਨਾ ਚਿਰ ਇਹ ਮਾਫ਼ੀ ਨਹੀਂ ਮੰਗਦਾ, ਜਿੰਨਾ ਚਿਰ ਇਹ ਬੰਦਾ ਹਿਸਾਬ ਨਹੀਂ ਦਿੰਦਾ। ਉਹਨਾਂ ਦਾ ਬਿਆਨ ਆਇਆ ਕਿ ਜਿਹਨਾਂ ਨੂੰ ਪੰਥ ਨੇ ਕੱਢਿਆ ਉਹ ਮੈਨੂੰ ਕੀ ਕੱਢਣਗੇ, ਹੋਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਦੇ ਵਿੱਚ ਤੁਹਾਡੀ ਸਿਰਫ 2 ਸੀਟਾਂ ਦੇ ਇਲਾਵਾ ਪੰਥਕ ਸੀਟਾਂ 'ਤੇ ਅਕਾਲੀ ਦਲ ਦੀ ਪੂਰੀ ਹਾਰ ਨਹੀਂ। ਮੈਂ ਕਹਿਣਾ ਨਹੀਂ ਸਾਰੀ ਹਾਰ ਹੋ ਜਾਏ, ਲੇਕਿਨ ਜਿਹਨੂੰ ਹਰਾਉਣਾ ਚਾਹੁੰਦੇ ਸੀ ਸਾਰੇ ਪੰਜਾਬ ਵਾਲੇ, ਜਿੰਨੇ ਸਰਕਾਰੀ ਏਜੰਸੀਆਂ ਸੀ, ਜਿੰਨੇ ਸਰਕਾਰੀ ਟਾਊਟ ਸੀ, ਧਿਆਨ ਸਿੰਘ ਮੰਡ ਅਤੇ ਤੇਰਾ ਦਾਦੂ ਫਾਦੂਵਾਲ ਜਿੰਨੇ ਸੀ, ਇਹਨਾਂ ਮੋਰਚਾ ਲਾ ਕੇ ਬਰਗਾੜੀ ਦਾ ਦੁਨੀਆ ਭਰ ਦੀ ਉੱਥੇ ਖੇਹ ਉਡਾਈ, ਕਰੋੜਾਂ ਰੁਪਇਆ ਇਕੱਠਾ ਕਰ ਗਿਆ, ਉਹਨਾਂ ਲਾ ਰਿਹਾ ਨੇ, ਉਹ ਘਰ ਘਰ ਮੰਗਦਿਆਂ ਨੂੰ ਫਿਰਦੇ ਸੀ, ਵੋਟ ਨਾ ਪਾਇਓ ਸਿਮਰਤ ਨੂੰ, ਵੋਟ ਨਾ ਪਾਇਓ ਸਮੀਰ ਨੂੰ, ਜਿੱਤ ਕੇ ਦਿਖਾਤਾ ਨੇ, ਮੂੰਹ 'ਤੇ ਚਪੇੜ ਆ, ਕੋਈ ਪ੍ਰਧਾਨ ਨਹੀਂ ਲੜਿਆ ਅੱਜ ਤੱਕ, ਪ੍ਰਧਾਨ ਨੇ ਸਾਡੇ ਕ੍ਰੈਡੀਬਿਲਟੀ ਦਿਖਾਈ ਆਪਣੀ। ਸਾਰੇ ਅਕਾਲੀ ਦਲ ਦਾ ਜ਼ੋਰ ਹੀ ਉਹਨਾਂ 2 ਸੀਟਾਂ 'ਤੇ ਲੱਗ ਗਿਆ ਸੀਗਾ ਭਾਰਤ 'ਚ ਜਿੱਥੇ ਮੋਦੀ ਜਿੱਤ ਰਿਹਾ, ਪਰ ਪੰਜਾਬ ਦੇ ਵਿੱਚ ਆਪਣੇ ਅਲਾਇੰਸ ਦੀ ਉਹ ਪਿਛਲੀ ਸੀਟਾਂ ਵੀ ਨਹੀਂ ਬਚਾ ਸਕੇ। ਉਹ ਇਸ ਕਰਕੇ ਨਹੀਂ ਬਚੀ ਕਿਉਂਕਿ ਇਹ ਜਿਹੜਾ ਵਿਰੋਧੀ ਦਲ ਸੀ ਇਹਨਾਂ ਨੇ ਖਾਲੜਾ ਖੜੀ ਕਰਤੀ, ਖਾਲੜਾ ਸੀ ਆਫਟਰ ਪੰਥਕ ਸੀ, ਉਹ ਪੰਥਕ ਖੜੀ ਕਰਕੇ ਵੋਟਾਂ ਸਾੜੀਆਂ ਕੱਟੀਆਂ ਉਹਨੇ, ਉਹ ਇਹਨਾਂ ਨੇ ਖੜੀ ਕੀਤੀ ਸੀ, ਕਾਂਗਰਸ ਨਾਲ ਰਲ ਕੇ ਕੀਤੀ ਸੀ। ਉਹ ਸੰਗਤ 'ਚ ਗੱਲਾਂ ਚੱਲ ਰਹੀਆਂ ਕਿ ਸ਼ਾਇਦ ਹਿੱਸਾ ਵਰਾ ਦੀ ਟੀਮ ਨੇ ਸ਼ੰਟੀ ਨੂੰ ਸਪੋਰਟ ਕੀਤੀ ਮਨਜੀਤ ਸਿੰਘ ਜੀਕੇ ਨੂੰ ਥੱਲੇ ਲਾਉਣ ਵਾਸਤੇ। ਮੈਂ ਤਾਂ ਕਹਿੰਦਾ ਉਹਦਾ ਉਹਨੇ ਪੈਰ ਧੋਣੇ ਪਏ ਚਾਹੀਦੇ ਜਿਹਨਾਂ ਦਿੱਤਾ, ਨਹੀਂ ਤਾਂ ਮਰ ਜਾਂਦੀ ਕਮੇਟੀ ਟੋਕੇ ਲਾਉਣੇ ਸਾਰਾ ਕੁਝ। ਜਿਸ ਤਰੀਕੇ ਮਨਜੀਤ ਸਿੰਘ ਜੀਕੇ ਦੇ ਖਿਲਾਫ਼ ਇਲਜ਼ਾਮ ਲੱਗੇ, ਸਰਨੇ ਧੜ ਵੱਲੋਂ ਮਨਜਿੰਦਰ ਸਿੰਘ ਸਿਰਸਾ ਦੇ ਉੱਪਰ ਵੀ ਤਰਪਾਲਾ ਤਰਪੂਲਾ ਦੇ ਲੈ ਕੇ ਕੁਛ ਇਲਜ਼ਾਮ ਲਗਾਏ ਗਏ ਹੈਗੇ ਆ ਸਾਰੇ, ਉਹਨਾਂ ਕੇਸ ਪਾਇਆ ਸੀ ਕੋਰਟ 'ਚ, ਉਲਟਾ ਉਹਨਾਂ ਦੇ ਖਿਲਾਫ਼ ਹੋ ਗਿਆ ਕੇਸ ਸਾਰਾ। ਮਨਜੀਤ ਸਿੰਘ ਜੀ ਕੇ ਮੋਮਬੱਤੀ ਕਿਹਾ ਜਾ ਰਿਹਾ ਕਿ ਆਪਣੀ ਫੇਰ ਜਗਾਣ ਕੇ ਜਿਹੜੀ ਪਹਿਲੀ ਪਾਰਟੀ ਸੀ ਉਹਨੂੰ ਚੜ ਕੇ ਬੱਤੇ ਜਗਾ ਲਏ, ਹੁਣ ਕੱਖ ਨਹੀਂ ਜਗਣਾ ਇਹਦਾ, ਲੱਗਦਾ ਨਹੀਂ ਤੁਹਾਨੂੰ ਕੰਪੀਟੀਸ਼ਨ ਪੁੱਜਣਗੇ ਜਗੇ ਵੀ ਜੇਲ੍ਹ ਜਾਊਗਾ, ਜੇਲ੍ਹ ਇਹ ਨਹੀਂ ਜਗ ਸਕਦੀ, ਹੁਣ ਜੇਲ੍ਹ 'ਚ ਜਗੂਗੀ ਜਾ ਕੇ। ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਦਾ ਆਪ ਜੀ ਦਾ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਦਿੱਲੀ ਤੋਂ ਅਸੀਂ ਜੁੜੇ ਹਾਂ ਸਰਦਾਰ ਅਵਤਾਰ ਸਿੰਘ ਹਿੱਤ ਪ੍ਰਧਾਨ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੱਤ ਸਾਹਿਬ, ਦਿੱਲੀ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਕਾਫੀ ਗਰਮੀ ਚੱਲਦੀ ਪਈ ਹੈ, ਤੇ ਉਸ ਤੋਂ ਇਲਾਵਾ ਸਿਆਸੀ ਗਰਮੀ ਜਿਹੜੀ ਹੈਗੀ ਆ ਉਸ ਤੋਂ ਮੈਨੂੰ ਲੱਗਦਾ ਜ਼ਿਆਦਾ ਚਲੀ ਹੋਈ ਆ। ਕੀ ਕਹਿਣਾ ਚਾਹੋਗੇ ਦਿੱਲੀ ਸਿਗੁਰਾ ਪ੍ਰਬੰਧਕ ਕਮੇਟੀ ਅੱਜ ਆਪਣੇ ਸਾਬਕਾ ਪ੍ਰਧਾਨ ਜੋ ਕਿ 6 ਸਾਲ ਮਨਜੀਤ ਸਿੰਘ ਜੀ ਕੇ ਰਹੀ ਹੈ ਉਹਨਾਂ ਨੂੰ ਕੋਰ ਕਮੇਟੀ ਦੀ ਮੀਟਿੰਗਾਂ ਦੇ ਵਿੱਚ ਪਾਰਟੀ 'ਚੋਂ ਬਾਹਰ ਕੱਢਣ ਦਾ ਫਰਮਾਨ ਸੁਣਾਉਂਦੀ ਹੈ ਅਤੇ ਅੱਜ ਤੁਸੀਂ ਉਹਨਾਂ ਦੇ ਖਿਲਾਫ਼ ਪ੍ਰੈਸ ਕਾਨਫਰੰਸਾਂ ਵੀ ਕਰ ਰਹੇ ਹੋ? ਗੱਲ ਇਹ ਆ ਜੀ ਕਿ ਅਸੀਂ ਮਨਜੀਤ ਸਿੰਘ ਜੀ ਕੇ ਨੂੰ ਕੋਈ ਇਹ ਨਹੀਂ ਸੋਚਿਆ ਕਦੇ ਵੀ ਅਸੀਂ ਉਹਨੂੰ ਬਾਹਰ ਕੱਢਾਂਗੇ। ਹਾਲਾਤ ਹੈ ਐਸੇ ਕਰਵਟ ਲੈਂਦੇ ਆ ਕਿ ਹਾਲਾਤ ਆਪਣੇ ਆਪ ਬਣ ਜਾਂਦੇ ਆ। ਸਰ ਮਨਜੀਤ ਸਿੰਘ ਜੀ ਕੇ ਨੂੰ ਜਿੰਨਾ 20 ਸਾਲ ਇੱਥੇ ਦਿੱਲੀ 'ਚ ਇਹਨੂੰ ਕਿਸੇ ਨੇ ਪੁੱਛਿਆ ਨਹੀਂ, ਨਾ ਕਿਸੇ ਗੁਰਦੁਆਰੇ ਦਾ ਮੈਂਬਰ ਬਣਿਆ, ਨਾ ਕਿਸੇ ਦਾ ਸਕੱਤਰ ਬਣਿਆ, ਨਾ ਕਿਸੇ ਦਾ ਪ੍ਰਧਾਨ ਬਣਿਆ। ਇਹਦੇ ਪਿਤਾ ਜੀ ਦੀ ਡੈਥ ਤੋਂ ਬਾਅਦ ਕਿਸੇ ਜਗ੍ਹਾ ਵੀ ਨਹੀਂ ਸੀ, ਇੱਕ ਕਿਸੇ ਦਾ ਰੁਲਦਾ ਫਿਰਦਾ ਸੀ ਕਦੀ ਇੱਧਰ ਕਦੀ ਉੱਧਰ। ਆਖਿਰਕਾਰ ਇਹ ਕੁਝ ਲੋਕਾਂ ਦੇ ਨਾਲ ਲੱਗ ਕੇ ਅਤੇ ਇਹਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਨ ਲਈ ਅਤੇ 2007 'ਚ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨੂੰ ਪ੍ਰਧਾਨ ਬਣਾਤਾ। ਪ੍ਰਧਾਨ ਬਣਾਉਣ ਤੋਂ ਬਾਅਦ ਇਹਨੂੰ ਪੂਰਾ ਇਹਦਾ ਸਨਮਾਨ ਕੀਤਾ, ਬੇਹੱਦ ਸਨਮਾਨ, ਇੰਨਾ ਸਨਮਾਨ ਨਹੀਂ ਮਿਲਿਆ ਕਿਸੇ ਨੂੰ ਅੱਜ ਤੱਕ ਜਿੰਨਾ ਇਹਨੂੰ ਮਿਲਿਆ, ਪਾਰਟੀ ਤੌਰ 'ਤੇ ਵੀ ਦਿੱਤਾ। ਫਿਰ ਇਲੈਕਸ਼ਨਾਂ ਆਈਆਂ, ਜਿਹੜੀਆਂ ਇਲੈਕਸ਼ਨਾਂ ਆਈਆਂ ਸਾਡੀਆਂ ਉਸ ਵਕਤ ਸਾਡੀ ਕਮੇਟੀ ਦੀ ਹਾਲਤ ਬਹੁਤ ਮਾੜੀ ਸੀ, ਦਿੱਲੀ ਵਿੱਚ ਪੱਥਰੀ ਸੀ, ਸਰਨਾ ਕੁੰਡੀ ਦਾ ਕਬਜ਼ਾ ਸੀ। ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਤੋਂ ਆ ਕੇ ਜੋ ਯੁੱਧ ਲੜਿਆ ਇੱਥੇ
ਉਹ ਬੇਮਿਸਾਲ ਸੀ। ਉਹ ਲੜਾਈ ਉਹਨੇ ਲੜ ਕੇ ਕਮੇਟੀ ਜਿੱਤ ਕੇ, ਖਰਚਾ ਵੀ ਉਹਨੇ ਕੀਤਾ ਸਾਰਾ, ਲੜਾਈ ਉਹਨੇ ਲੜੀ, ਬੰਦੇ ਵੀ ਉਹ ਲੈ ਕੇ ਆਇਆ, ਇਹਨਾਂ ਦੇ ਪਹਿਲੇ ਤਾਂ ਕੱਖ ਹੈ ਨਹੀਂ ਸੀ ਇੱਥੇ, ਅਤੇ ਸਾਨੂੰ ਕਮੇਟੀ ਲੈ ਕੇ ਦਿੱਤੀ ਉਹਨੇ, ਅਸੀਂ ਕਮੇਟੀ ਦੇ ਬਹਾਲ ਹੋਏ, ਅਤੇ ਉਹਦਾ ਪ੍ਰਧਾਨ ਵੀ ਇਹਨੂੰ ਬਣਾਇਆ, ਸਪੋਕਸਮੈਨ ਇਹਨੂੰ ਬਣਾਇਆ, ਅਕਾਲੀ ਦਲ ਦਾ ਪ੍ਰਧਾਨ ਇਹਨੂੰ ਬਣਾਇਆ, ਜਿੰਨੇ ਰੁਤਬੇ ਇਹਨੂੰ ਦਿੱਤੇ ਸ਼ਾਇਦ ਅੱਜ ਤੱਕ ਕਿਸੇ ਪ੍ਰਧਾਨ ਨੂੰ ਮਿਲੇ ਨਹੀਂ। ਫਿਰ ਐਡਾ ਐਡਾ ਸਮਾਨ ਮਾਨ ਸਨਮਾਨ ਹਰ ਜਗ੍ਹਾ 'ਤੇ ਮੋਹਰੇ, ਹਰ ਟਾਈਮ ਮੋਹਰੇ, ਸਰਕਾਰੇ ਦਰਬਾਰੇ ਦੀ ਪੂਰੀ ਗੱਲ ਦਾ ਤੂਤੀ ਦੀ ਬੋਲਦੀ ਰਹੀ, ਅਤੇ ਇਸ ਪਾਰਟੀ ਨੇ ਕਦੀ ਸ਼ੱਕ ਨਹੀਂ ਕੀਤਾ ਅਤੇ ਪੂਰਾ ਭਰੋਸਾ ਇਹਨੂੰ ਦਿੱਤਾ। ਕਿਤੇ ਤੂਤੀ ਬੋਲਦੀ ਦੇ ਕਰਕੇ ਤੇ ਨਹੀਂ, ਕਿਤੇ ਲੱਗਾ ਕਿਤੇ ਅੱਗੇ ਵੱਧ ਰਹੇ ਆ, ਤੂਤੀ ਬੋਲ ਰਹੀ ਹੈ ਮਨਜੀਤ ਸਿੰਘ ਜੀ ਕੇ ਦੀ, ਤੇ ਕਿਉਂ ਜ਼ਿਆਦਾ ਬੋਲ ਰਹੀ ਹੈ? ਨਹੀਂ, ਪਾਰਟੀ ਨੇ ਬੁਲਾਈ ਵੀ ਆਪਣੇ ਮੈਂਬਰ ਚੱਕਿਆ ਇਹਨੂੰ, ਲੇਕਿਨ ਇਹਨੇ ਕੀਤਾ ਜਦੋਂ ਚੋਣਾਂ ਕਿ ਜਿੱਤਿਆ ਇਹ ਚੋਣਾਂ ਜਿੱਤ ਗਿਆ, ਅਤੇ ਚੋਣ ਜਿੱਤਣ ਤੋਂ ਬਾਅਦ ਇਹਦਾ ਦਿਮਾਗ 'ਤੇ ਆ ਗਿਆ ਵੀ ਸ਼ਾਇਦ ਮੈਂ ਇਕੱਲਾ ਹੀ ਜਿੱਤ ਗਿਆ, ਤਾਂ ਵੀ ਕੋਈ ਗੱਲ ਨਹੀਂ ਜਿੱਤ ਗਿਆ, ਅਤੇ ਉਹਨਾਂ ਫਿਰ ਸਨਮਾਨ ਕੀਤਾ ਤਾ, ਫਿਰ ਇਹਨੂੰ ਦੋ ਵਜੇ ਹੋਰ ਦਿੱਤੇ, ਜੋ ਇਹਨੇ ਕਿਹਾ ਉਹਨਾਂ ਕੀਤਾ, ਜੋ ਇਹਨੇ ਮੰਗਿਆ ਉਹਨਾਂ ਦਿੱਤਾ, ਕਿਸੇ ਜਗ੍ਹਾ 'ਤੇ ਕੋਈ ਫਰਕ ਨਹੀਂ ਆਇਆ। ਲੇਕਿਨ ਵਿੱਚੋਂ ਇਹ ਕੀ ਸੀ ਕਰਦਾ, ਹਰ ਤੀਜੇ ਮਹੀਨੇ ਚੌਥੇ ਮਹੀਨੇ ਸਰਸੇ ਨੂੰ ਕੱਢ ਦਿਓ ਜੀ, ਸਰਸੇ ਨੂੰ ਹਟਾ ਦਿਓ ਜੀ, ਇਹਨੂੰ ਉੱਧਰ ਭੇਜ ਦਿਓ ਜੀ, ਮੈਂ ਇਹਦੇ ਨਾਲ ਕੰਮ ਨਹੀਂ ਕਰ ਸਕਦਾ, ਆਹ ਭਾਈ ਕਮੇਟੀ 'ਚ ਮੈਂ ਨਹੀਂ ਕਰਦਾ। ਫਿਰ ਮੈਂ ਸੋਚਦਾ ਸੀ ਵੀ ਸਰਸਾ ਜਿਹੜਾ ਹੈ ਇਹਨੂੰ ਕੰਮ ਨਹੀਂ ਕਰਨ ਦਿੰਦਾ, ਮੇਰੇ ਦਿਮਾਗ 'ਚ ਇਹ ਰਹਿੰਦੀ ਸੀ। ਲੇਕਿਨ ਸੱਚਾਈ ਜਿਹੜੀ ਜਦੋਂ ਪਤਾ ਲੱਗਾ ਇਹ ਉਹਨੂੰ ਕੱਢਦਾ, ਇਸ ਕਰਕੇ ਸੀ ਉਹ ਹਿਸਾਬ 'ਤੇ ਨਜ਼ਰ ਰੱਖਦਾ ਸੀ, ਇਹ ਕਰਦਾ ਸੀ ਜਿਹੜਾ ਫੇਰੀ ਉਹ ਕਰ ਨਹੀਂ ਦਿੰਦਾ, ਅਤੇ ਉਹਨਾਂ ਨੂੰ ਕਹਿ ਕੇ ਕਹਿੰਦੇ ਦਿੱਤਾ ਜੀ ਇਹ ਚਲਾ ਲਵੇ, ਇਹ ਕੋਈ ਬੰਦੇ ਉਸ ਵਿੱਚ ਜ਼ਿਆਦਾ ਸੀ, ਤੂੰ ਡਰ ਜਾਂਦੇ ਸੀ ਵੀ ਡਾਂ ਕਿੱਦਾਂ ਨਾ ਕਰੀਏ, ਉਹਨੇ ਕਹਿਣਾ ਚੱਲ ਸਰਸਾ ਤੂੰ ਛੱਡ ਦੇ। ਚਾਰ ਵਾਰੀ ਕਿਸੇ ਜਨਰਲ ਹਾਊਸ ਦੇ ਚੁਣੇ ਹੋਏ ਜਨਰਲ ਸਕੱਤਰ ਨੂੰ ਕਿਹੜਾ ਪਿਓ ਦਾ ਪੁੱਤ ਲਾ ਸਕਦਾ? ਕੋਰਟ ਨਹੀਂ ਲਾ ਸਕਦਾ, ਜਿਹਨੂੰ ਹਾਊਸ ਨੇ ਚੁਣਾ ਹੋਇਆ ਕੋਰਟ ਨਹੀਂ ਲਾ ਸਕਦਾ, ਇਹਨੇ ਲਵਾਤਾ ਉਹਨੂੰ, ਹੁਣ ਫਿਰ ਅਖੀਰ 'ਤੇ ਫਿਰ ਲਵਾਇਆ ਨੇ, ਇੰਨੀ ਬੇਇੱਜ਼ਤੀ। ਉਹਨੇ ਕਿਹਾ ਚਲੋ ਰੂਟੀਨ ਪਾਵਰਾਂ ਦੇ ਦੇਣਾ, ਨਹੀਂ ਜੀ ਨਹੀਂ ਸਾਰੀਆਂ ਪਾਵਰਾਂ ਇੱਥੇ ਆਏਗਾ ਵੀ ਨਹੀਂ, ਇਹ ਐਡੀ ਵੱਡੀ ਗੱਲ ਕਿਸ ਵਾਸਤੇ ਤੂੰ ਕਹੀ ਉਹਨੂੰ, ਕਿਉਂ ਕਹੀ ਤੂੰ ਉਹਨੂੰ? ਉਹਨੇ ਫਿਰ ਪੇਪਰ ਫੜ ਲਏ ਸਾਰੇ, ਫੜ ਕੇ ਇਹਦੇ ਘਰ ਗਿਆ ਫਾਈਲ ਲੈ ਕੇ, ਬਈ ਆਹ ਤੇਰੇ ਕਾਗਜ਼ ਫੜ ਲਏ ਸਾਰੇ, ਤਾਂ ਤੂੰ ਸਿੱਧਾ ਹੋ ਜਾ, ਨਹੀਂ ਤਾਂ ਮੈਂ ਤੈਨੂੰ ਛੱਡਣਾ ਨਹੀਂ ਹੁਣ। ਇਹਨੇ ਪਰਵਾਹ ਨਹੀਂ ਕੀਤੀ। ਕਿਹੜੇ ਕਿਹੜੇ ਇਲਜ਼ਾਮ ਲਗਾ? ਇਲਜ਼ਾਮ ਮੈਂ ਦੱਸਦਾ ਤੁਹਾਨੂੰ, ਇਹ ਕਰਦਾ ਵੀ ਇਹ ਕਰਦਾ ਰਿਹਾ, ਪਤਾ ਕਿਸੇ ਨੂੰ ਲੱਗਾ ਨਹੀਂ, ਸਾਨੂੰ ਤਾਂ ਖੈਰ ਪਤਾ ਲੱਗਾ ਹੀ ਨਹੀਂ ਬਿਲਕੁਲ ਵੀ, ਅਸੀਂ ਤਾਂ ਬਾਹਰ ਸੀ। ਕਦਾਵਰ ਲੀਡਰ ਅਕਾਲੀ ਦਲ ਦੇ ਰਹਿ ਚੁੱਕੇ ਔਰ ਹਜੇ ਵੀ ਹੈਗੇ, ਉਹਦੇ ਚ ਕੋਈ ਸ਼ੱਕ ਨਹੀਂ, ਔਰ ਅਕਾਲੀ ਦਲ ਦੇ ਨੂੰ ਜਿਹੜਾ ਹੈਗਾ ਇੱਕ ਵੱਡਾ ਜਿਹੜਾ ਤੁਹਾਡਾ ਰੁਤਬਾ ਹੈਗਾ ਉਹਦੇ ਚ, ਦਿੱਲੀ ਗੁਰਦਾ ਪ੍ਰਬੰਧਕ ਕਮੇਟੀ ਤੇ ਤੁਸੀਂ ਪ੍ਰਧਾਨ ਰਹੇ ਹੋ, ਤੁਹਾਡੇ ਤੋਂ ਬਾਅਦ ਆ ਕੇ ਕੋਈ ਆ ਕੇ ਤੁਸੀਂ ਜੇ ਸੀਨੀਅਰ ਲੀਡਰ ਮੌਜੂਦ ਹੈਗੇ ਹੋ, ਤੇ ਤੁਹਾਡੇ ਸਾਹਮਣੇ ਕੋਈ ਲੀਡਰ ਆ ਕੇ ਏਦਾਂ, ਜੇ ਤੁਸੀਂ ਕਿਹਾ ਕਿ ਇਲਜ਼ਾਮ ਜਿਹੜੇ ਲੱਗਦੇ ਰਹੇ ਆ ਉਹ ਕਿੱਦਾਂ ਕਰ ਸਕਦਾ? ਇੱਕ ਸੀਨੀਅਰ ਲੀਡਰ ਦੇ ਨਾਤੇ ਤੁਹਾਡੀ ਕੋਈ ਨੈਤਿਕ ਜ਼ਿੰਮੇਵਾਰੀ ਨਹੀਂ? ਮੈਂ ਕਹਿੰਦਾ ਜੀ ਮੇਰੀ ਬਹੁਤ ਵੱਡੀ ਜ਼ਿੰਮੇਵਾਰੀ ਆ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜੋ ਕੁਝ ਇਹਨੇ ਕੀਤਾ ਇਹ ਚਾਰ ਬੰਦੇ ਸੀ, ਸਾਨੂੰ ਨਹੀਂ ਪਤਾ ਲੱਗਾ ਵੀ ਕੀ ਕਰਦੇ ਆ, ਨਾ ਸਾਨੂੰ ਪੁੱਛਿਆ ਨਾ ਸਾਨੂੰ ਕਿੱਦਾਂ ਵਿਸ਼ਵਾਸ ਕਰੀਏ ਕਿ ਪਤਾ ਕਿਉਂ ਨਹੀਂ ਲੱਗਦਾ ਰਿਹਾ? ਤੁਸੀਂ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ, ਤੁਸੀਂ ਅਕਾਲੀ ਦਲ ਦੇ ਸੀਨੀਅਰ ਲੀਡਰ ਰਹੇ, ਇਹ ਕਿੱਦਾਂ ਹੋ ਸਕਦਾ ਕਿ ਗੁਰਦੁਆਰਾ ਕਮੇਟੀ ਦੇ ਨੱਕ ਦੇ ਥੱਲੇ ਸਾਰੇ ਕੰਮ ਹੋ ਰਹੇ ਸੀ ਔਰ ਉਹਦੇ ਮੈਂਬਰਾਂ ਨੂੰ ਨਾ ਪਤਾ ਹੋਵੇ? ਮੇਰੀ ਸੁਣ, ਸਰਸੇ ਨੂੰ ਪਰ ਹਟਾ ਤਾ, ਮੈਂ ਤਾਂ ਹੈ ਹੀ ਮਨਜੀਤ ਸਿੰਘ ਦੇ ਨਾਲ ਸੀ, ਉਹਦੇ ਹੱਕ 'ਚ ਬੋਲਦਾ ਹੁੰਦਾ ਸੀ, ਮੈਂ ਤਾਂ ਬਿਲਕੁਲ ਕੋਈ ਸ਼ੱਕ ਨਹੀਂ, ਆਪਾਂ ਦੇਖਦੇ ਰਹੇ, ਮੈਂ ਉੱਥੇ ਸੀ ਕਾਲਜ ਵਿੱਚ, ਇਹਨੇ ਕਦੀ ਸਾਨੂੰ ਨਹੀਂ ਦੱਸਿਆ ਵੀ ਉੱਥੇ ਮੈਂ ਕੀ ਕਰਦਾ ਪਿਆ। ਅਖੀਰ 'ਤੇ 2 ਕਰੋੜ ਰੁਪਏ ਉੱਥੋਂ ਮੰਗਿਆ ਕਾਲਜ ਵਿੱਚ, ਉਹ ਮੈਂ ਦਿੱਤਾ ਨਹੀਂ, ਅਤੇ ਇਹਨੇ ਮੈਨੂੰ ਹਟਾ ਤਾ ਉੱਥੋਂ, ਉਹ ਵੀ ਪੈਸੇ ਨਾਲ ਲੈ ਲਿਆ। ਮੈਂ ਕਿਹਾ ਤੂੰ ਪੈਸੇ ਕੱਢੀ ਲਈ ਜਾਂਦਾ, ਇਹ ਕਾਲਜ ਬੰਦ ਹੋ ਜੂਗਾ ਸਾਡਾ, ਲੇਕਿਨ ਲੈ ਗਿਆ ਇਹ ਪੈਸਾ, ਨਾ ਸਕੂਲਾਂ 'ਚ ਨਾ ਗੋਲਕ ਵਿੱਚ, ਲੈ ਕੇ ਗਏ ਨਿੱਜੀ, ਲੈ ਕੇ ਗਏ ਕਮੇਟੀ ਵਾਸਤੇ, ਇਹ ਕਹਿਣਾ ਤਾਂ ਇਹ ਹੈ ਵੀ ਕਮੇਟੀ ਵਾਸਤੇ, ਪਰ ਕਮੇਟੀ ਵਾਸਤੇ ਥੋੜ੍ਹੀ ਲਗਾਇਆ, ਮੇਰਾ ਮਤਲਬ ਪੈਸੇ ਕਿੱਥੇ ਜਾਂਦੇ ਨੇ? ਗੱਲ ਇਹ ਚੱਲ ਪਈ ਵੀ ਨਾ ਗੋਲਕ 'ਚ ਪੈਸੇ, ਨਾ ਕਮੇਟੀ ਕੋਲ ਪੈਸੇ, ਨਾ ਸਕੂਲਾਂ 'ਚ ਪੈਸੇ, ਇਹ ਸਭ ਪੈਸਾ ਜਾ ਕਿੱਥੇ ਰਿਹਾ? ਇਹ ਕਰਦਿਆਂ ਕਰਦਿਆਂ ਵੀ ਮੈਨੂੰ ਨਹੀਂ ਪਤਾ ਲੱਗਾ ਇਸ ਗੱਲ ਦਾ, ਜਿਹੜੀ ਸੱਚਾਈ ਹੈ, ਮੈਂ ਗੁਰਦੁਆਰੇ ਬੈਠਾ, ਅਸੀਂ ਬਹੁਤਾ ਧਿਆਨ ਨਹੀਂ ਦਿੱਤਾ ਇਸ ਪਾਸੇ, ਕਿਉਂਕਿ ਕੰਮ ਕਰਦੇ ਪਏ, ਹੁਣ ਵੀ ਇਹ ਕੰਮ ਕਰਦੇ ਸਰਸੇ ਹੋਣੀ, ਸਾਡਾ ਕੋਈ ਧਿਆਨ ਨਹੀਂ ਇਸ ਪਾਸੇ, ਜਿਹੜੀ ਐਗਜੈਕਟ ਬਣੀ ਹੈ ਇਹਨਾਂ ਦੀ ਜ਼ਿੰਮੇਵਾਰੀ ਆ, ਇਹ ਦੇਖਣ ਇਹ ਦੱਸੋ ਸਾਨੂੰ ਪਹਿਲੇ ਤੁਸੀਂ ਧਿਆਨ ਨਹੀਂ ਦਿੱਤਾ, ਅੱਜ ਧਿਆਨ ਕਿੱਦਾਂ ਚਲਾ ਗਿਆ, ਇਹ ਤੁਸੀਂ ਦੱਸੋ, ਅੱਜ ਤੁਸੀਂ ਪੂਰੀ ਲਿਸਟ ਲੈ ਕੇ ਆਇਓ, ਹੁਣ ਤੁਸੀਂ ਪੁੱਛੋਗੇ ਪੁੱਛਿਆ, ਮੈਂ ਤੁਹਾਨੂੰ ਦੱਸੂਗਾ ਨਾ, ਤੂੰ ਡਿਟੇਲ ਸੁਣ ਮੇਰੇ ਕੋਲ, ਇੱਕ ਇੱਕ ਅੱਖਰ ਦੱਸੂਗਾ ਵੀ ਉਹਦਾ ਅੱਖਰ ਦਾ ਮੈਂ ਜ਼ਿੰਮੇਵਾਰ ਹਾਂ, ਜਿਹੜਾ ਮਰਜ਼ੀ ਆ ਕੇ ਪੁੱਛੇ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਖੜਾ ਹੋ ਕੇ ਚਾਹਾਂਗਾ, ਜ਼ਰੂਰ ਦੱਸੋ ਜਿਹੜੇ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਸ ਵੇਲੇ ਇਹ ਗੱਲ ਸਾਰੀ ਹੋਈ ਅਤੇ ਇਹਦੇ 'ਤੇ ਕੇਸ ਪੈ ਗਿਆ, ਇਹ 'ਤੇ ਕੇਸ ਪੈ ਗਿਆ, ਇਹਨੂੰ ਉਹਨੇ ਸਰਸੇ ਨੂੰ ਕੱਢ ਦਿੱਤਾ, ਸਰਸੇ ਨੂੰ ਕੱਢਤਾ ਅਤੇ ਕੇਸ ਪਾਤਾ ਛੰਟੀ ਨੇ, ਛੰਟੀ ਨੇ ਕੇਸ ਪਾਤਾ ਵੀ ਇੱਥੇ ਕਰਪਸ਼ਨ ਦੇ ਪੈਗੇ ਲੱਗ ਗਏ ਨੇ, ਇੱਥੇ ਕਰਪਸ਼ਨ ਕੀਤੀ, ਉੱਥੇ ਕੀਤੀ ਆ। ਅਸੀਂ ਤਾਂ ਇਹ ਕਹਿੰਦੇ ਰਹੇ ਵੀ ਜੇ ਬਦਨਾਮੀ ਹੁੰਦੀ ਹੈ ਪਾਰਟੀ ਦੀ ਜਾਂ ਨਾ ਕਰੋ, ਜੇ ਕੋਈ ਹੈਗੀ ਆ ਤਾਂ ਬੈਠ ਕੇ ਨਜਿੱਠ ਲਓ, ਕੋਈ ਦੇਖੋ ਕੀ ਹੈ ਮਾੜੀ ਮੋਟੀ ਗੱਲ, ਅਸੀਂ ਮਾੜੀ ਮੋਟੀ ਗੱਲ ਸਮਝ ਰਿਹਾ ਵੀ ਹੋਈ ਹੋਊਗੀ ਵੀ ਇਹਨੂੰ ਕਿਸ ਤਰ੍ਹਾਂ ਨਾ ਕਰੋ, ਬਦਨਾਮੀ ਹੁੰਦੀ ਹੈ। ਲੇਕਿਨ ਉਹ ਚੱਲਦਾ ਚੱਲਦਾ ਵੱਡਾ ਹੋ ਗਿਆ ਕੇਸ, ਇਹ ਕਹਿੰਦਾ ਨਹੀਂ ਮੇਰੀ ਮੇਰਾ ਕੋਈ ਕੇਸ ਨਹੀਂ, ਮੈਨੂੰ ਪੁੱਛਿਆ ਕਹਿੰਦਾ ਕੋਈ ਕੇਸ ਨਹੀਂ ਮੇਰਾ, ਮੇਰੀ ਮੀਟਿੰਗ ਹੋਈ
ਮੈਂ ਕਹਿੰਦਾ ਪੁਲਿਸ ਨੇ ਰਿਪੋਰਟ ਦਿੱਤੀ ਵੀ ਮੇਰਾ ਕੋਈ ਕਸੂਰ ਨਹੀਂ। ਮੈਂ ਕਿਹਾ ਚੱਲ ਚੰਗੀ ਗੱਲ ਹੋ ਗਈ। ਜਿਸ ਵੇਲੇ ਰਿਪੋਰਟ ਪੇਸ਼ ਹੋਇਆ ਸੀ ਕਿਉਂ ਸਰਗਰਮ ਹੋਏ ਕਿਉਂ ਅੱਗੇ ਆਏ ਫੋੜਾ ਫੋੜਾ, ਉਸ ਰਿਪੋਰਟ ਨੂੰ ਜੱਜ ਨੇ ਕੈਂਸਲ ਕੀਤਾ। ਜੱਜ ਨੇ ਆਖਿਆ ਮੇਰੇ ਸਾਹਮਣੇ ਪਿਆ ਟੈਲੀਫੋਨ ਅਤੇ ਮੈਂ ਇਹਨੂੰ ਕਹਾਂ ਪੱਥਰ ਇੱਕਦਮ ਮੰਨ ਲਵਾਂ, ਸਾਹਮਣੇ ਐਵੀਡੈਂਸ ਪਈ ਆ, ਸਾਹਮਣੇ ਬਿੱਲ ਪਏ ਆ, ਸਾਹਮਣੇ ਗਵਾਹ ਬੈਠੇ ਆ, ਅਤੇ ਇਹ ਰਿਪੋਰਟ ਕਿੱਦਾਂ ਬਣ ਗਈ? ਇਹ ਪੁਲਿਸ ਦੀ ਮਿਲੀ ਭੁਗਤਣਾ ਬਣੀ ਆ। ਉਹਨੇ ਕਹੀ ਗੱਲ ਪੜ੍ਹ ਕੇ ਦੇ ਲਓ ਤੁਸੀਂ, ਕੋਰਟ ਦੀ ਰਿਪੋਰਟ ਤੁਹਾਡੀ ਅੱਖਾਂ ਖੋਲਣਗੀਆਂ, ਤੁਹਾਨੂੰ ਪਤਾ ਲੱਗੂ ਅਸੀਂ ਸਰਗਰਮ ਕਿਉਂ ਹੋਏ ਹਾਂ। ਔਰ ਉਹਨੇ ਦੱਸਿਆ ਵੀ ਇਹ ਧਾਰਾ ਕਿਹੜੀ ਲਾਈ ਹੈ 420, ਕਹਿੰਦਾ ਬਣਦੀ ਕਿਹੜੀ ਆ? ਜੱਜ ਨੇ ਕਿਹਾ, ਉਹਨੇ ਕਿਹਾ ਖੋਲ ਕਿਤਾਬ, ਕਹਿੰਦੇ ਐਕਟ ਦੀ ਕਿਤਾਬ ਉਹਨੇ ਖੋਲੀ, ਉਹ ਕਹਿੰਦਾ ਜੀ 409 ਬਣਦੀ ਹੈ, ਤਾਂ ਵੀ 420 ਕਿਉਂ ਲਾਈ ਆ? ਲਾਓ 409 ਇਹ ਕੈਂਸਲ ਕਰੋ ਅਤੇ ਕਮਿਸ਼ਨਰ ਨੂੰ ਦੇ ਦਿੱਤੀ ਇਨਕੁਆਇਰੀ, 15 ਦਿਨ 'ਚ ਰਿਪੋਰਟ ਦਊਗਾ ਅਤੇ ਦਫਾ ਲਾ ਕੇ, ਹੁਣ ਦਫਾ ਲਾ ਕੇ ਉਹਨੇ ਰਿਪੋਰਟ ਪੇਸ਼ ਕਰਨੀ ਆ। ਅਤੇ ਉਹ ਜੋ ਲੱਗੀ ਉਹਦੇ ਵਿੱਚ ਹੁਣ ਇਹ ਹੋਊਗਾ ਕਿ 409 ਦਾ ਮਤਲਬ ਹੈ ਜੇਲ੍ਹ, 409 ਦਾ ਮਤਲਬ ਉਮਰ ਕੈਦ। ਉਦੋਂ ਫਿਰ ਜਦੋਂ ਫੈਸਲਾ ਹੋਣਾ ਹੈ, ਇਹ ਫੈਸਲਾ ਹੋ ਗਿਆ ਸੀਰੀਅਸ, ਹੁਣ ਤਾਂ ਬਚਾਅ ਰਿਪੋਰਟ ਤਾਂ ਕੈਂਸਲ ਹੋ ਗਈ ਸੀ, ਕਲੋਜ਼ਿੰਗ ਸੀ, ਹੁਣ ਇਹ ਹੋਊਗਾ ਕਿ ਕੇਸ ਜਾਂਦਾ ਕਿਹਦੇ ਖਿਲਾਫ਼ ਆ? ਖਿਲਾਫ਼ ਕਿਹਦੇ ਜਾਂਦਾ? ਕਮੇਟੀ ਦੇ ਖਿਲਾਫ਼ ਜਾਂਦਾ, ਕਮੇਟੀ ਦੇ ਖਿਲਾਫ਼ ਜਾਊਗਾ, ਪਾਰਟੀ ਦੇ ਖਿਲਾਫ਼ ਜਾਊਗਾ, ਪਾਰਟੀ ਵੀ ਮਰੂਗੀ, ਕਮੇਟੀ ਵੀ ਮਰੂਗੀ, ਕਮੇਟੀ ਵੀ ਸਾਡੀ ਆ, ਅਤੇ ਜਿਹਨੇ ਕੀਤਾ ਉਹ ਕੌਣ ਆ? ਮੈਂ ਇਹ ਸਵਾਲ ਉਠਾਇਆ ਆਪਣੀ ਪਾਰਟੀ 'ਚ, ਉਹ ਕੌਣ ਹੈ? ਜਾਂ ਤੂੰ ਆਈਡੈਂਟੀਫਾਈ ਕਰੋ, ਨਹੀਂ ਤਾਂ ਸਕੱਤਰ ਤੂੰ ਨਾਲ ਆ, ਇਹ ਸੀਨੀਅਰ ਮੀਤ ਪ੍ਰਧਾਨ ਨਾਲ ਆ, ਮਹਾ ਜਿਹੜਾ ਤੁਸੀਂ ਸਵਾਲ ਕੀਤਾ ਮੇਰੇ 'ਤੇ ਨਹੀਂ ਟੁੱਕਦਾ, ਉਹਨਾਂ 'ਤੇ ਟੁੱਕਦਾ ਹੈ ਸਾਰੇ। ਮੈਨੂੰ ਲੱਗਦਾ 5 ਅਹੁਦੇਦਾਰਾਂ ਦੇ ਟੁੱਕਦਾ, ਦਿੱਲੀ ਕਮੇਟੀ 'ਚ ਪ੍ਰਧਾਨ ਵੀ, ਜਨਰਲ ਸੈਕਟਰੀ ਵੀ, ਮੀਤ ਪ੍ਰਧਾਨ ਵੀ, ਸਾਰੇ ਹੈਗੇ ਆ ਜੁਆਇੰਟ ਸੈਕਟਰੀ, ਉਹਨਾਂ ਤੋਂ ਪੁੱਛੋ, ਮੇਰੇ 'ਤੇ ਨਹੀਂ ਲੱਗਦਾ ਕਿਉਂਕਿ ਮੈਂ ਇਹਦੇ ਵਿੱਚ ਹੈ ਨਹੀਂ, ਉਹਨਾਂ 'ਤੇ ਤਾਂ ਲੱਗਦਾ ਨਾ। ਮੈਂ ਕਿਹਾ ਤੁਸੀਂ ਵਿੱਚੋਂ ਇਸ ਜਿਹੜਾ ਕੇਸ ਆ ਇਹਦਾ ਸਵਾਲ ਆਊਗਾ ਕਿ ਕਮੇਟੀ ਦੇ ਅਹੁਦੇਦਾਰ ਸਾਰੇ ਵਿੱਚ ਸੀ, ਇਹਨਾਂ ਦੇ ਥਰੂ ਹੋਇਆ, ਇਹਨਾਂ ਨੇ ਕੀਤਾ, ਇਹਨਾਂ ਨੂੰ ਪਤਾ। ਅਤੇ ਮੈਂ ਕਿਹਾ ਜਾਂ ਤਾਂ ਕਮੇਟੀ ਮਰੂਗੀ ਜਾਂ ਪਾਰਟੀ ਮਰੂਗੀ, ਮੈਂ ਨਾ ਪਾਰਟੀ ਮਰਨ ਦੇਣੀ ਚਾਹੁੰਦਾ ਨਾ ਮੈਂ ਕਮੇਟੀ ਮਰਨ ਦੇਣੀ ਚਾਹੁੰਦਾ। ਅਤੇ ਕਹਿੰਦੇ ਫਿਰ ਮੈਂ ਕਿਹਾ ਆਈਡੈਂਟੀਫਾਈ ਕਰ ਸਰਸਾਨੀ, ਤਾਂ ਤੂੰ ਜ਼ਿੰਮੇਵਾਰ ਇਸ ਗੱਲ ਦਾ, ਤੂੰ ਕਿੱਦਾਂ ਬਚ ਸਕਦਾ? ਮੈਂ ਕਿਹਾ ਤੂੰ ਜਨਰਲ ਸਕੱਤਰ ਹੈ, ਕਹਿੰਦਾ ਮੈਂ ਵਿੱਚੋਂ ਕੱਢਤਾ ਸੀ, ਮੈਂ ਕੱਢਤਾ, ਤੂੰ ਸਬੂਤ ਹੈ, ਤੂੰ ਲੋਕਾਂ ਦੇ ਵਿੱਚ ਸਾਫ਼ ਕਰ ਆਪਣੇ ਆਪ ਨੂੰ, ਨਹੀਂ ਤਾਂ ਤੂੰ ਕਿੱਦਾਂ ਬਚੇਗਾ? ਮੈਂ ਕਿਹਾ, ਉਹ ਕਹਿੰਦਾ ਮੈਂ ਸਾਫ਼ ਕਰੂੰਗਾ, ਮੈਂ ਕਰ ਸਾਫ਼। ਇਹਨੇ ਸਫਾਈ ਕੀਤੀ, ਉਹ ਸਾਰੇ ਸਬੂਤ ਲਿਆ ਕੇ, ਵਿਦ ਪਰੂਫ, ਵਿਦ ਰਸੀਦਾਂ, ਹਰ ਚੀਜ਼ ਮੇਰੇ ਸਾਹਮਣੇ ਲੱਗ ਰੱਖੀ। ਕਿਹੜੇ ਕਿਹੜੇ ਤੁਹਾਨੂੰ ਮਿਲੇ? ਔਰ ਸਾਰਾ ਕੋਈ ਮਿਲਿਆ, ਜੋ ਮੈਂ ਬੋਲਿਆ ਉਸ ਤੋਂ ਕੋਈ ਮਿਲ ਗਿਆ ਮੇਰੇ ਕੋਲ। ਪਹਿਲਾਂ ਦੇਖੋ, ਪਹਿਲਾਂ ਇਹਨੇ ਕੀਤਾ ਕਿਸੇ ਪ੍ਰੇਮੀ ਵੱਲੋਂ 51 ਲੱਖ ਰੁਪਇਆ ਆਇਆ, ਉਹ ਲੈ ਗਿਆ, ਉਹਦਾ ਕੋਈ ਹਿਸਾਬ ਨਹੀਂ, ਕੋਈ ਕਿਤਾਬ ਨਹੀਂ। ਨੰਬਰ 2, ਕਿਤਾਬਾਂ ਦੇ ਨਕਲੀ ਬਿੱਲਾਂ ਦਾ ਲੱਖਾਂ ਰੁਪਏ ਦੇ ਬਿੱਲ ਬਣਾਏ, ਉਹ ਬਿੱਲ ਵੀ ਆ ਗਿਆ, ਉਹ ਬੰਦੇ ਵੀ ਆ ਗਏ, ਨਾ ਇੱਥੇ ਕਿਤਾਬਾਂ ਆਈਆਂ ਅਤੇ ਨਾ ਇੱਥੇ ਕੋਈ ਕਿਤਾਬ ਛਪੀ, ਕੁਛ ਵੀ ਨਹੀਂ ਆ, ਉਹ ਵੀ ਖਾ ਗਿਆ। ਨੰਬਰ 3, ਕਿਤਾਬਾਂ ਆਪਣੀ ਧੀ ਦੇ ਜਵਾਈ ਦੀ ਬੰਦ ਪਈ ਕੰਪਨੀ ਨੂੰ ਲੱਖਾਂ ਰੁਪਏ ਦੇ ਬਿੱਲ ਉਹਦੇ ਨਾਂ 'ਤੇ ਬਣਾ ਕੇ ਦਿੱਤੇ ਨੇ। ਅੱਗੇ ਆ ਗਿਆ ਬੱਸਾਂ ਦਾ, ਇਹਨੇ ਇੱਕ ਪ੍ਰੋਗਰਾਮ ਬਣਾ ਕੇ ਦਿਖਾਇਆ, ਉਹਦੇ 'ਚ ਕੱਚੀ ਰਸੀਦ ਆ, ਇੱਦਾਂ ਕੱਚਾ ਕਾਗਜ਼ ਆ, ਉਹ ਸਾਰੇ ਪ੍ਰੈਸ ਨੂੰ ਦਿਖਾਤਾ, ਉਹ ਕੱਚਾ ਕਾਗਜ਼ ਉੱਤੇ ਇੱਦਾਂ ਸੈਨ ਕੀਤੇ ਇਹਨੇ ਆਪਣੇ ਕਰਕੇ, 13,65,000 ਰੁਪਇਆ ਲੈ ਗਿਆ ਵੀ ਇੱਥੇ ਬੱਸਾਂ ਆਈਆਂ, ਨਾ ਪ੍ਰੋਗਰਾਮ ਕੋਈ ਹੋਇਆ ਨਾ ਬੱਸਾਂ ਆਈਆਂ, ਉਹ 13,65,000 ਉੱਦਾਂ ਬਾਰ ਬਾਰ ਲੈ ਕੇ ਚਲਾ ਗਿਆ। ਹੁਣ ਦੇਖੋ ਅੱਗੇ ਕਿੱਡਾ ਵੱਡਾ ਕੰਮ ਹੈ, ਹੁਣ ਇਹਦੇ ਵਾਸਤੇ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ ਆ? ਇੱਕ ਹੁੰਦੇ ਆ ਇਲਜ਼ਾਮ, ਇਲਜ਼ਾਮ ਹੁੰਦੇ ਆ ਜਿਹੜੇ ਸੱਚ ਹੈ ਕਿ ਨਹੀਂ ਹੈ, ਉਹਨੂੰ ਇਲਜ਼ਾਮ ਲਾਤਾ ਯਾਰ, ਇਹ ਇਲਜ਼ਾਮ ਨਹੀਂ ਇਹ ਹਕੀਕਤ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ, ਹਾਂਜੀ ਇੱਕ ਕਮੇਟੀ ਕਹਿ ਰਹੀ, ਦਿੱਲੀ ਗੁਰਦੁਆਰਾ ਕਮੇਟੀ ਕਹਿ ਰਹੀ ਆ, ਜਨਰਲ ਸਕੱਤਰ ਕਹਿ ਰਿਹਾ, ਅਵਤਾਰ ਸਿੰਘ ਹਿੱਤ ਕਹਿ ਰਿਹਾ, ਇਹ ਹਰਮੀਤ ਸਿੰਘ ਕਾਲਕਾ ਕਹਿ ਰਿਹਾ, ਇਹਦੇ ਵਿੱਚ ਆ ਕੇਸ ਲੈ ਕੇ ਕੋਰਟ 'ਚ ਪੇਸ਼ ਹੋਣਗੇ। 30 ਲੱਖ ਰੁਪਇਆ ਮੰਗਵਾਇਆ ਨੇ ਆਪਣੇ ਜੀਵਨ ਜੋਤ ਕੋਲੋਂ, ਬਈ ਦੇ ਲਿਆ ਕੇ, ਅਤੇ ਖਜ਼ਾਨਾ ਇੱਥੇ ਹੁੰਦਾ ਸੀ, ਗੋਲਕ ਹਮੇਸ਼ਾ ਖੁੱਲਦੀ ਆ, ਸਿੱਧੀ ਬੈਂਕ ਜਾਂਦੀ ਆ, ਅੱਜ ਦੀ ਨਹੀਂ, 1975 ਤੋਂ ਲੈ ਕੇ ਅੱਜ ਤੱਕ ਕਦੇ ਕੋਈ ਗੋਲਕ ਖੁੱਲ੍ਹ ਕੇ ਇੱਥੇ ਨਹੀਂ ਆਈ, ਇਹ ਜਿੱਦਾਂ ਦਾ ਇਹ ਆਇਆ ਇਹ ਗੋਲਕ ਚੁੱਕੀ ਇੱਥੇ ਖੋਲ੍ਹੀ ਜਾ ਕੇ, ਇੱਥੇ ਖੁੱਲ੍ਹ ਗਈ, 10 ਲੱਖ ਖਰਚ ਲਓ, 20 ਖਰਚ ਲਓ, 30 ਖਰਚ ਲਓ, 40 ਖਰਚ ਲਓ, ਜਿਹਨੇ ਖਰਚ ਗਏ ਉਹਦੇ ਖਰਚੇ ਪਾਤੇ, ਬਾਕੀ ਜਮ੍ਹਾਂ ਕਰਾ ਤਾਂ ਫਿਰ ਦੂਜੀ ਗੋਲਕ ਆ ਗਈ, ਗੋਲਕ ਬੈਂਕ 'ਚ ਗਈ ਨਹੀਂ ਕਦੀ ਇੱਦਾਂ, ਇਸ ਕਰਕੇ ਲੁੱਟ ਇੱਥੇ ਤਾਂ ਵੱਧਦੀ ਰਹੀ। 30 ਲੱਖ ਮੰਗਵਾ ਲਿਆ, ਉਹ ਇਹ ਲਿਆਂਦਾ 5-7-7-11-15 ਨੂੰ, ਅਤੇ 11-7-15 ਨੂੰ ਫਿਰ ਆ ਲਿਆ 50 ਲੱਖ ਰੁਪਇਆ, ਫਿਰ 50 ਲੱਖ ਹੋਰ ਮੰਗਵਾ ਲਿਆ, ਉਹ 50 ਲੱਖ ਰੁਪਇਆ ਉਹਨੇ ਜੀਵਨ ਜੋਤ ਕੋਲ ਲਿਆ ਕੇ ਦਿੱਤਾ, ਉਹ ਵੀ ਉਹਦੇ ਘਰ ਚਲਾ ਗਿਆ, ਨਾ ਪਰਚਾ, ਨਾ ਰਸੀਦ, ਨਾ ਵਾਪਸੀ, ਨਾ ਕੋਈ ਦਾ ਖਾਤਾ, ਉਹ ਵੀ ਲੈ ਗਿਆ। ਫਿਰ ਇਹਨੇ ਦਿੱਲੀ ਕਮੇਟੀ ਵਿੱਚ ਵਿਦੇਸ਼ੀ ਯਾਤਰਾਵਾਂ 'ਤੇ ਹੁਣ ਕਿੰਨਾ ਉੱਥੇ ਪਿਆ ਬਿੱਲ ਪਿਆ, ਮਿੰਦਰ ਲੱਖਾਂ ਰੁਪਏ ਦੇ ਖਰਚ ਪਏ ਆ ਕਮੇਟੀ ਦੇ ਨਾਂ 'ਤੇ, ਇਹਨੇ ਉਸੇ ਜੀਵਨ ਜੋਤ ਨੂੰ ਲੱਖਾਂ ਰੁਪਏ ਦਾ ਐਡਵਾਂਸ ਦਿੱਤਾ ਹੋਇਆ, ਹੁਣ ਵੀ ਇਸ ਵੇਲੇ ਉਹ ਕੋਈ 10-15 ਲੱਖ ਰੁਪਇਆ ਹਰੇਕ ਕਮੇਟੀ ਨੇ ਲੈਣਾ, ਜਿਹੜਾ ਹੁੰਦਾ ਕਹਿੰਦਾ ਮੇਰੇ ਕੋਲ ਹੈ ਨਹੀਂ ਮੈਂ ਦੇ ਸਕਦਾ, ਉਹਨੂੰ ਦਿੱਤਾ ਹੋਇਆ। ਫਿਰ ਇੱਕ ਪ੍ਰੇਮੀ ਨੇ 44 ਲੱਖ ਰੁਪਈਏ ਦਿੱਤੇ ਗੁਰਦੁਆਰਾ ਕਮੇਟੀ ਨੂੰ ਕਿ ਇਹੜਾ ਸਟਾਫ ਆ ਇਹਦੀਆਂ ਵਰਜ਼ੀਆਂ ਸੁਣਾ ਦਿਓ ਇਹਨਾਂ ਨੂੰ, ਉਹ 44 ਲੱਖ ਲੈ ਕੇ ਘਰ ਚਲਾ ਗਿਆ। ਇਹ ਬਿਆਨ ਮੈਂ ਨਹੀਂ ਦਿੱਤਾ, ਇਹ ਸਭ ਤੋਂ ਪਹਿਲਾਂ ਸ਼ੁਰੂ ਇੱਥੋਂ ਹੋਈ ਹੈ ਸਾਰੀ ਕਰਪਸ਼ਨ, ਇਹ ਬਿਆਨ ਤਾਂ ਭਾਈ ਰਣਜੀਤ ਸਿੰਘ ਨੇ, ਹੈੱਡ ਗ੍ਰੰਥੀ ਬੰਗਲਾ ਸਾਹਿਬ ਨੇ।
ਉਹਨੇ ਕਿਹਾ 44 ਲੱਖ ਮੇਰੇ ਸਾਹਮਣੇ ਦਿੱਤਾ ਉਹ ਵਿਆਹ ਪੈ ਗਿਆ ਕਿੱਥੇ ਵਰਦੀਆਂ ਬਣਾਈਆਂ ਫਿਰ ਗੁਰਦੁਆਰੇ ਚੋਂ 44 ਲੱਖ ਚੱਕ ਕੇ ਹਜ਼ਮ ਕਰ ਗਏ ਫਿਰ ਆਇਆ ਤੁਹਾਡਾ ਦੇਖੋ ਜਦ ਬਾਹਰੋਂ ਪੈਸਾ ਆਇਆ ਉਹਨਾਂ 'ਚੋਂ ਇੱਕ ਪੈਸਾ ਨਹੀਂ ਛੱਡਿਆ ਇੱਥੇ ਨੰਬਰ 1 ਇਹ ਧੁੰਮੇ ਨੂੰ ਦਿੱਤਾ 55 ਲੱਖ ਰੁਪਈਆ ਜੱਜ ਨੇ ਸਵਾਲ ਕੀਤਾ ਇਹ ਬਈ ਤੂੰ ਦੇ ਕਿੱਦਾਂ ਸਕਦਾ 55 ਲੱਖ ਕੱਲਾ ਕਿੱਦਾਂ ਦਿੱਤਾ ਤੂੰ ਤੈਨੂੰ ਤੂੰ ਪਾਵਰ ਨਹੀਂ ਕੈਸ਼ 55 ਲੱਖ ਦੇਣ ਦੀ ਤੂੰ 5,000 ਦੇ ਦੇ 10,000 ਦੇ ਦੇ 20,000 ਦੇ ਦੇ ਆ 55 ਲੱਖ ਤੂੰ ਕਿੱਦਾਂ ਦਿੱਤਾ ਇਹਨੇ ਦਿੱਤਾ ਉਹਨੇ ਤੈਨੂੰ ਰਸੀਦ ਦਿੱਤੀ ਉਹਦੀ ਵੀ ਇਨਕੁਆਇਰੀ ਆ ਗਈ ਉਹਨੇ ਕਿਤਾਬਾਂ ਮੰਗਵਾ ਲਈ ਐਗਜ਼ੀਕਟਿਵ ਕਮੇਟੀ 'ਚ ਪਾਸ ਹੋਇਆ ਸੀ ਨਾ ਕੁਛ ਵੀ ਪਤਾ ਹੀ ਨਹੀਂ ਕਿਸੇ ਨੂੰ ਰਸੀਦ ਲੈ ਲਿਓ ਕੋ 51 ਲੱਖ ਉਹਨੂੰ ਦਿੱਤਾ ਫਿਰ USA ਦੇ ਡਾਲਰ ਆਏ ਆ 6500 ਅਤੇ UK ਦੇ ਆਏ ਆ 2150 ਅਤੇ ਯੂਰੋ ਆਏ ਆ 1000 ਅਤੇ ਕੈਨੇਡੀਅਨ ਆਏ ਆ 2600 ਅਤੇ ਮਲੇਸ਼ੀਅਨ ਆਏ ਆ 576 ਇਹ ਸਾਰਾ ਜਿੰਨੀ ਫੋਰਨ ਕਰੰਸੀ ਆਈ ਆ ਇਹ ਲੈ ਕੇ ਖੱਸਾ ਜੀ ਘਰ ਚਲਾ ਗਿਆ ਇਹ ਕਹਿੰਦਾ ਜੀ ਮੈਂ ਬਾਹਰ ਮੁੜ ਕੇ ਗਿਆ ਸੀ ਮੈਂ ਧਰਮ ਪ੍ਰਚਾਰ ਕਰਕੇ ਆਇਆ ਕਿੱਥੇ ਕੀਤਾ ਕੀ ਕੀਤਾ ਕਿਹੜਾ ਧਰਮ ਪ੍ਰਚਾਰ ਤੂੰ ਕੀਤਾ ਕਿਹੜੀ ਕਿਤਾਬਾਂ ਵੰਡੀਆਂ ਕਿਹੜੇ ਲਿਟਰੇਚਰ ਵੰਡੇ ਦੱਸੋ ਨੂੰ ਕੋਈ ਕੁਛ ਨਹੀਂ ਇਸ ਕਰਕੇ ਇੰਨਾ ਕੁਛ ਕਰਨ ਦੇ ਬਾਅਦ 60 ਲੱਖ ਰੁਪਇਆ ਫਤਿਹ ਟੀਵੀ ਨੂੰ ਦਿੱਤਾ ਕਿਸ ਕਰਕੇ ਤੂੰ ਕਹਿੰਦੇ ਮੈਂ ਪੁੱਛਿਆ ਤੂੰ ਕਹਿੰਦੇ ਸਾਡੇ ਕੋਲ ਤਾਂ ਆਇਆ ਨਹੀਂ ਫਤਿਹ ਨਾਂ ਦੇ ਪਾਇਆ ਹੋਇਆ ਰੁਪਈਆ ਇਹਨਾਂ ਨੇ ਫਤਿਹ ਟੀਵੀ ਦੇ ਨਾਂ 'ਤੇ ਅਤੇ 60 ਲੱਖ ਦਾ ਇਹਨੇ ਤੇਲ ਬਾਲਿਆ ਹੁਣ ਤੁਸੀਂ ਗੱਡੀ ਦਾ ਤੇਲ ਹੁਣ ਤੁਸੀਂ ਦੱਸ ਦਿਓ ਵੀ ਇਹ ਇਹ ਇਲਜ਼ਾਮ ਆ ਕਿ ਸੱਚਾਈ ਹੈ ਅਤੇ ਸੱਚਾਈ ਸੱਚ ਹੈ ਬਕਾਇਦਾ ਸਬੂਤ ਹੈਗੇ ਸਰ ਇੱਕ ਇੱਕ ਸਬੂਤ ਟੀਵੀ ਨੂੰ ਦਿਖਾਤਾ ਨਾ ਫੋਟੋ ਲੈ ਲਈਆਂ ਸਾਰੀਆਂ ਇੱਕ ਇੱਕ ਦੀਆਂ ਸਾਈਨ ਨੇ ਉੱਤੇ ਪੂਰੀਆਂ ਰਸੀਦਾਂ ਦਿਖਾਈਆਂ ਇੱਕ ਇੱਕ ਚੀਜ਼ ਦਿਖਾਈ ਆ ਇਹ ਪੰਜਾਬ ਦਾ ਬਾਦਲ ਸਾਹਿਬ ਦਾ ਨਾਂ ਲੈ ਕੇ ਆਪਣੇ ਆਪ ਨੂੰ ਸੇਫ ਕਰਨਾ ਚਾਹੁੰਦਾ ਜੀ ਬੜਾ ਬੜਾ ਵੱਡਾ ਕਦ ਹੋ ਚੱਲਿਆ ਸੀ ਕਦ ਤੇਰਾ ਕੀ ਹੋ ਚੱਲਿਆ ਸੀ ਉਹਨਾਂ ਦਾ ਤੂੰ ਬੜਾਇਆ ਤੈਨੂੰ ਇੱਥੇ ਕੋਈ ਮਰਾਸੀ ਨਹੀਂ ਪੁੱਛਦੇ ਸੀ ਤੈਨੂੰ ਚੱਕ ਜਿਹੜੀਆਂ ਤਾਕਤਾਂ ਦਿੱਤੀਆਂ ਤਾਂ ਉਹ ਤੈਨੂੰ ਮਰਨਗੇ ਪਰ ਹਿੱਤ ਸਾਹਿਬ ਜੇ ਆਪਾਂ ਪਿਛਲੇ ਇਲੈਕਸ਼ਨ ਦੀ ਗੱਲ ਕਰੀਏ ਤੇ ਪਿਛਲੀ ਇਲੈਕਸ਼ਨ ਐਸੀ ਸੀਗੀ ਜਿਹਦੇ ਵਿੱਚ ਬਹੁਤਾਤ ਸੀਟਾਂ ਤੇ ਮੈਂ ਨਹੀਂ ਕਹਿੰਦਾ ਸਾਰੀਆਂ ਸੀਟਾਂ ਤੇ ਪਰ ਬਹੁਤਾਤ ਸੀਟਾਂ ਤੇ ਮਨਜੀਤ ਸਿੰਘ ਜੀਕੇ ਦੇ ਨਾਂ ਤੇ ਹੀ ਲੋਕਾਂ ਨੇ ਕਿਹਾ ਕਿ ਅਸੀਂ ਮਨਜੀਤ ਸਿੰਘ ਜੀਕੇ ਨੂੰ ਵੋਟ ਪਾਈ ਅਸੀਂ ਕੰਮ ਕੀਤਾ ਸੀ ਪਾਰਟੀਆਂ ਹੋਣਗੀਆਂ ਵੋਟਾਂ 10.5 ਤੇ 5 ਤੇ ਲਾਇਆ ਬੋਰਡ ਵੀ ਲਾਇਆ ਪੋਸਟਰ ਵੀ ਲਾਇਆ ਬਾਦਲ ਸਾਹਿਬ ਦੇ ਸਾਡੇ ਤੋਂ ਕੋਈ ਫਰਕ ਨਹੀਂ ਪਿਆ ਸਾਡੇ ਤੋਂ ਲੋਕਾਂ ਭੱਜ ਕੇ ਵੋਟਾਂ ਪਾਈਆਂ ਮੈਂ ਲਾਇਆ ਰਣਜੀਤ ਨੇ ਲਾਇਆ ਹਰੀ ਹਰੀਸ਼ੋ ਨੇ ਸਵੀਟੇ ਨੇ ਲਾਇਆ KP ਨੇ ਲਾਇਆ ਕਈਆਂ ਨੇ ਲਾਇਆ ਤਾਂ ਫਿਰ ਇਹ ਗੱਲ ਕਿਉਂ ਕਹਿੰਦਾ ਜ਼ਿਆਦਾਤਰ ਮੈਂਬਰਾਂ ਦੀ ਸੀ ਉਹਨੂੰ ਪਤਾ ਸੀ ਵੀ ਪਾਰਟੀ ਜਿੱਤ ਜਾਣੀ ਆ ਜੇ ਮੈਂ ਨਹੀਂ ਲਾਊਂਗਾ ਤਾਂ ਮੇਰੀ ਗੱਲ ਬਣੇਗੀ ਆਪਣੀ ਗੱਲ ਬਣਾਉਣ ਲਈ ਉਹਨੇ ਗੱਲ ਘਟਾਈ ਹੈ ਉਸ ਗੱਲ 'ਚ ਇਸ਼ਤਿਹਾਰਾਂ 'ਤੇ ਕਿਸੇ ਨੇ ਕਿੰਤੂ ਪਰੰਤੂ ਨਹੀਂ ਕੀਤਾ ਫਿਰ ਇਹ ਝੂਠ ਬੋਲਦਾ ਹੈ ਕਿ ਬਾਬਾ ਜਿਹੜਾ ਹੋਇਆ ਉਹਦਾ ਸਮਝੌਤਾ ਸੱਚੇ ਸੌਦੇ ਵਾਲੇ ਦਾ ਉਹ ਮੈਂ ਉਹਦੇ ਖਿਲਾਫ਼ ਬੋਲਿਆ ਮੈਂ ਉਹਦੇ ਵਿਰੋਧਤਾ ਕੀਤੀ ਆ ਜੇ ਤੂੰ ਵਿਰੋਧਤਾ ਕੀਤੀ ਸੀ ਤਾਂ ਤੇਰਾ ਮਾਸੀ ਦਾ ਪੁੱਤ ਸੀ ਵੀ ਉੱਥੇ ਜੇ ਉਹਦੇ ਤੋਂ ਬੱਸ ਭਰ ਕੇ ਲਿਆ ਮੈਂਬਰਾਂ 'ਚ ਜਾ ਕੇ ਉੱਥੇ ਉਹਨੂੰ ਵਧਾਈ ਦੇ ਕੇ ਆਇਆ ਅਕਾਲ ਤਖ਼ਤ 'ਤੇ ਵਧਾਈ ਦੇ ਕੇ ਆਇਆ ਏ ਤੇ ਬੱਸ ਗਿਆ ਭਰ ਕੇ ਮੈਂਬਰਾਂ ਦੀ ਆਪ ਗਿਆ ਨਾਲ ਬੱਸ ਦੇ ਮੋਢੇ ਸੀਟ ਤੇ ਬਹਿ ਕੇ ਪਰ ਉਦੋਂ ਪ੍ਰੈਸ ਕਾਨਫਰੰਸ ਤੇ ਦਿੱਲੀ ਉਦੋਂ ਜਿਹੜੀ ਉਹਦੇ ਡੇਰਾ ਜਦੋਂ ਅਕਾਲ ਤਖ਼ਤ ਸਾਹਿਬ ਨੇ ਮਾਫੀ ਦਿੱਤੀ ਸੀਗੀ ਉਦੋਂ ਤੇ ਦਿੱਲੀ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਬਕਾਇਦਾ ਸਾਰੀ ਦਿੱਲੀ ਕਮੇਟੀ ਦੀ ਟੀਮ ਸੀਗੇ ਤੁਸੀਂ ਆਪ ਬਕਾਇਦਾ ਉਹਦੇ 'ਚ ਮੌਜੂਦ ਸੀਗੇ ਸਾਰਿਆਂ ਨੇ ਤੁਸੀਂ ਆਪ ਸਭ ਆਪਣੇ ਲਫ਼ਜ਼ ਵੀ ਵਰਤੇ ਸੀਗੇ ਗੁਰਬਾਣੀ ਦੀ ਪੰਕਤੀ ਨਾਲ ਸਰਨ ਆਵੇ ਤੇ ਸਕੰਟ ਲਾਵੇ ਤੇ ਉਦੋਂ ਤੇ ਪੂਰੀ ਹਿਮਾਇਤ ਕੀਤੀ ਜਾਂਦੀ ਸੀਗੀ ਅੱਜ ਕਿ ਅਸੀਂ ਤਾਂ ਇਸ ਗੱਲ ਦੇ ਝੂਠ ਨਹੀਂ ਬੋਲਦੇ ਅਸੀਂ ਤਾਂ ਕੀਤੀ ਇਹ ਬੰਦਾ ਉੱਥੇ ਬੱਸ ਲੈ ਕੇ ਗਿਆ ਵਧਾਈ ਦੇਣ ਤੇ ਅੱਜ ਕਹਿੰਦਾ ਮੈਂ ਉਹਦੇ ਖਿਲਾਫ਼ ਬੋਲਦਾ ਉਹ ਮੈਂ ਇੱਕ ਬੰਦਾ ਵਿਰੋਧ ਕੀਤਾ ਸੀ ਅਸੀਂ ਤਾਂ ਨਹੀਂ ਕਿਤੇ ਵਿਰੋਧ ਕੀਤਾ ਸੀ ਸਾਡਾ ਅੰਦਰੋਂ ਵਿਰੋਧ ਸੀਗਾ ਵੀ ਐਡੇ ਪਾਪੀ ਬੰਦੇ ਨੂੰ ਨਹੀਂ ਬਖਸ਼ਣਾ ਚਾਹੀਦਾ ਉਦੋਂ ਵੀ ਮੈਂ ਕਿਹਾ ਤੁਸੀਂ ਬੜੇ ਮੁਜ਼ਾਹਰੇ ਕੀਤੇ ਉਹਨਾਂ ਦੇ ਖਿਲਾਫ਼ ਉਹਦੇ ਜਿੰਨੇ ਮੈਂ ਮੁਜ਼ਾਹਰੇ ਕੀਤੇ ਜਿੰਨੀ ਮੈਂ ਉਹਨੂੰ ਗੰਦ ਬਕਿਆ ਜਿੰਨਾ ਮੈਂ ਉਹਦੇ ਬਾਰੇ ਬਿਲਕੁਲ ਬਿਲਕੁਲ ਸਾਡੇ ਕੋਲ ਸਭ ਰਿਕਾਰਡ 'ਚ ਹੈਗਾ ਤੁਸੀਂ ਜਿਸ ਤਰੀਕੇ ਆਪਣੀ ਜਿਹੜੀ ਦਵੇਸ਼ ਜਿਹੜਾ ਸੀਗਾ ਤੁਹਾਡੇ ਜੋ ਲਫ਼ਜ਼ਾਂ ਦੇ ਰਾਹੀਂ ਨਿਕਲਦਾ ਸੀਗਾ ਸਾਰਾ ਦੇਖਿਆ ਸੀਗਾ ਇਸ ਕਰਕੇ ਮੈਂ ਤਾਂ ਕਦੀ ਲਿਹਾਜ਼ ਕਰਦਾ ਨਹੀਂ ਕਿਸੇ ਨਾਲ ਵੀ ਸੋ ਇਸ ਕਰਕੇ ਇਹ ਝੂਠ ਬੋਲ ਕੇ ਕਦੀ ਉਹਦੀ ਗੱਲ ਕਦੀ ਬਰਗਾੜੀ ਦੀ ਗੱਲ ਕਰਕੇ ਇਹ ਪੰਜਾਬ 'ਤੇ ਪਾ ਕੇ ਆਪਣੇ ਆਪ ਬਈ ਮੇਰੀ ਗੱਲ ਤੋਂ ਲੋਕਾਂ ਦਾ ਮਨ ਭਟਕੇ ਇਸੇ ਕਰਕੇ ਅੱਜ ਮੈਂ ਪ੍ਰੈਸ ਕਾਨਫਰੰਸ ਕੀਤੀ ਆ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੁੰਦੀ ਇਹ ਸਬੂਤ ਨੇ ਜਿਹਨੇ ਦੇਖਣੇ ਆ ਕੇ ਗੁਰਦੁਆਰਾ ਦੇਖੋ ਸਾਰੀਆਂ ਰਸੀਦਾਂ ਦੇਖੋ ਸਾਰੇ ਬਿੱਲ ਦੇਖੋ ਸਭ ਚੈੱਕ ਕਰੋ ਕਿ ਸੱਚੀਆਂ ਕਿ ਝੂਠੀਆਂ ਉਸ ਤੋਂ ਬਾਅਦ ਮੈਂ ਸਿੱਖਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨੂੰ ਕੋਈ ਜਾਂ ਸੰਗਤ ਕੋਲ ਮਾਫ਼ੀ ਮੰਗੇ ਹੱਥ ਜੋੜ ਕੇ ਸੰਗਤ ਵਿੱਚ ਜੋੜਿਆਂ 'ਚ ਖਲੋ ਕੇ ਇਹਨੂੰ ਮੂੰਹ ਨਾ ਲਾਓ ਜਿੰਨਾ ਚਿਰ ਇਹ ਮਾਫ਼ੀ ਨਹੀਂ ਮੰਗਦਾ ਜਿੰਨਾ ਚਿਰ ਇਹ ਬੰਦਾ ਹਿਸਾਬ ਨਹੀਂ ਦਿੰਦਾ ਗੁਰੂ ਘਰ ਦਾ ਜਿੰਨਾ ਚਿਰ ਆਪਣੇ ਸਫਾਈ ਪੇਸ਼ ਨਹੀਂ ਕਰ ਸਕਦਾ ਇਹਨੂੰ ਕਿਸੇ ਗੁਰਦੁਆਰੇ ਜਾਣ ਦਾ ਹੱਕ ਨਹੀਂ ਇੱਕ ਕੋਈ ਇਹਨੂੰ ਮੂੰਹ ਨਾ ਲਾਵੇ ਸਿੱਖਾਂ ਨੂੰ ਚਾਹੀਦਾ ਕਿਉਂਕਿ ਅਮਰੀਕਾ ਤੋਂ ਫੋਨ ਆ ਰਿਹਾ ਕੋਈ ਕਹਿੰਦਾ ਚਿੱਠੀ ਫੋਨ 'ਤੇ ਮੈਂ 40 ਲੱਖ ਦਿੱਤਾ ਕੋਈ ਕਹਿੰਦਾ ਅਸੀਂ 80 ਲੱਖ ਭੇਜਿਆ ਉਹ ਗਿਆ ਕਿਤੇ ਸਾਨੂੰ ਕਹਿੰਦਾ ਕਿੱਥੇ ਗਿਆ ਬਈ ਇੱਥੇ ਜਾਂ ਬਣਦਾ ਪਿਆ ਵਜਾਲਾ ਆਪਣਾ ਗੁਰਮੁਖ ਸੈਂਟਰ ਹੈ 10 ਕਰੋੜ ਦਿੱਤਾ ਬਾਦਲ ਨੇ ਅਤੇ 6 ਕਰੋੜ ਦਿੱਤਾ ਉਹਨੇ ਅਮਰੀਕਾ ਵਾਲਿਆਂ ਨੇ ਤੇ ਲੱਗਾ ਕਿੰਨਾ ਰੁਪਈਆ ਤੇ ਕੌਣ ਉਹਦਾ ਅਕਾਊਂਟ ਦੇਖਦਾ ਕੌਣ
ਇਕੱਲਾ ਕਾਉਂਟ ਦੇਖਦਾ ਪਿਆ ਸਰ ਜਾਣਾ ਚਾਹਾਂਗੇ ਕਿਹਾ ਜਾ ਰਿਹਾ ਕਿ ਜਦੋਂ ਮਨਜੀਤ ਸਿੰਘ ਜੀਕੇ ਨੂੰ ਇਲੈਕਸ਼ਨਾਂ ਤੋਂ ਬਾਅਦ ਹੀ ਕਿਉਂ ਕੱਢਿਆ ਗਿਆ ਇਲੈਕਸ਼ਨਾਂ ਤੋਂ ਪਹਿਲੇ ਇਹ ਫੈਸਲਾ ਕਿਉਂ ਨਹੀਂ ਲਿਆ ਗਿਆ ਕਿਹਾ ਜਾ ਰਿਹਾ ਕਿ ਮਨਜੀਤ ਸਿੰਘ ਜੀਕੇ ਨੇ ਜਦੋਂ ਇੱਕ ਬਿਆਨ ਦਿੱਤਾ ਸੀਗਾ ਕਿ ਅਕਾਲੀ ਦਲ ਜਿਹੜੀ ਹੈਗੀ ਹੈ ਆਪਣੀ 35 ਸੀਟਾਂ ਪੰਜਾਬ 'ਚੋਂ ਗਵਾ ਚੁੱਕਾ ਉਹਦੇ ਬਦਲੇ ਦੇ ਤੌਰ 'ਤੇ ਜਿਹੜਾ ਹੈਗਾ ਉਹਦੇ ਬਦਲੇ ਦੇ ਤੌਰ 'ਤੇ ਜਿਹੜਾ ਕੱਢਿਆ 18 ਤਰੀਕ ਸੀ 16 ਨੂੰ ਫੈਸਲਾ 16 ਦੇ ਫੈਸਲੇ ਵਿੱਚ ਅਸੀਂ ਉਹਨੂੰ ਰਗੜਤਾ ਨੇ ਗਲਤੀਆਂ ਨਹੀਂ ਕੀਤੀਆਂ ਉਹਨੇ ਜੱਜ ਨੇ ਫੈਸਲਾ 16 ਨੂੰ ਦਿੱਤਾ 16 ਤਰੀਕ ਨੂੰ ਫੈਸਲਾ ਆਇਆ ਜੱਜ ਦਾ ਬਈ ਜਿਹੜਾ ਤੁਸੀਂ ਗਲਤ ਕੇਸ ਕੀਤਾ ਵੀ 16 ਨੂੰ ਹਾਂਜੀ ਬਈ ਤੁਸੀਂ 409 ਲਾਉਣੀ ਹੈ ਤੇ ਰਿਪੋਰਟ ਰਿਜੈਕਟ ਕੀਤੀ ਆ ਤੇ ਜੇ ਆਇਆ ਸੀ ਉਦੋਂ ਐਕਸ਼ਨ ਲੈਣਾ ਸੀ ਪਹਿਲਾਂ ਕਿਤੇ ਲੈਣੇ ਮਨਜੀਤ ਸਿੰਘ ਜੀ ਕੇ ਕਹਿੰਦੇ ਕਿ ਅਕਾਲੀ ਦਲ ਜਿਹੜੇ ਜਿਹਨਾਂ ਨੂੰ ਪੰਥ ਨੇ ਕੱਢਿਆ ਹੈ ਉਹਨਾਂ ਦਾ ਬਿਆਨ ਆਇਆ ਕਿ ਜਿਹਨਾਂ ਨੂੰ ਪੰਥ ਨੇ ਕੱਢਿਆ ਉਹ ਮੈਨੂੰ ਕੀ ਕੱਢਣਗੇ ਹੋਰ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਪੰਜਾਬ ਦੇ ਵਿੱਚ ਤੁਹਾਡੀ ਸਿਰਫ 2 ਸੀਟਾਂ ਤੋਂ ਇਲਾਵਾ 35 ਸੀਟਾਂ ਤੇ ਅਕਾਲੀ ਦਲ ਦੀ ਪੂਰੀ ਹਾਰ ਰਹੀ ਮੈਂ ਕਹਿੰਦਾ ਸੀ ਸਾਰੀ ਹਾਰ ਹੋ ਜਾਏ ਲੇਕਿਨ ਜਿਹਨਾਂ ਹਰਾਉਣਾ ਚਾਹੁੰਦੇ ਸੀ ਸਾਰੇ ਪੰਜਾਬ ਵਾਲੇ ਜਿੰਨੇ ਸਰਕਾਰੀ ਏਜੰਸੀਆਂ ਸੀ ਜਿੰਨੇ ਸਰਕਾਰੀ ਟਾਊਟ ਸੀ ਧਿਆਨ ਸਿੰਘ ਮੰਡ ਤੇ ਤੇਰਾ ਦਾਦੂ ਫਾਦੂਵਾਲ ਜਿੰਨੇ ਸੀ ਇਹਨਾਂ ਮੋਰਚਾ ਲਾ ਕੇ ਬਰਗਾੜੀ ਦਾ ਦੁਨੀਆ ਭਰ ਦੀ ਉੱਤੇ ਖੇਹ ਉਡਾਈ ਕਰੋੜਾਂ ਰੁਪਇਆ ਇਕੱਠਾ ਕਰ ਗਿਆ ਉਹਨਾਂ ਲਾ ਰਿਹਾ ਨੇ ਉਹ ਘਰ ਘਰ ਮੰਗਦਿਆਂ ਨੂੰ ਫਿਰਦੇ ਸੀ ਵੋਟ ਨਾ ਪਾਇਓ ਸਿਮਰਤ ਨੂੰ ਵੋਟ ਨਾ ਪਾਇਓ ਸੁਮੀਰ ਨੂੰ ਜਿੱਤ ਕੇ ਦਿਖਾਤਾ ਨੇ ਮੂੰਹ ਤੇ ਚਪੇੜ ਆ ਕੋਈ ਪ੍ਰਧਾਨ ਨਹੀਂ ਲੜਿਆ ਅੱਜ ਤੱਕ ਪ੍ਰਧਾਨ ਨੇ ਸਾਡੇ ਕ੍ਰੈਡੀਬਿਲਟੀ ਦਿਖਾਈ ਆਪਣੀ ਲੋਕਾਂ ਦੇ ਵਿੱਚ ਆਪਣੀ ਪ੍ਰਵਾਨਿਤ ਕੀਤਾ ਉਹਨੂੰ ਉਹਨਾਂ 2 ਲੱਖ ਵੋਟਾਂ ਦੀ ਜਿੱਤਿਆ ਔਰ ਕਾਂਗਰਸ ਦਾ ਪ੍ਰਧਾਨ ਹਾਰਿਆ ਪਰ ਇਹ ਸਭ ਕਿਹਾ ਜਾ ਰਿਹਾ ਕਿ ਸਾਰੇ ਅਕਾਲੀ ਦਲ ਦਾ ਜ਼ੋਰ ਹੀ ਉਹਨਾਂ 2 ਸੀਟਾਂ ਤੇ ਲੱਗ ਗਿਆ ਸੀਗਾ ਪੰਥਕ ਸੀਟਾਂ ਜਿਹੜੀ 40-40 50-50 ਸਾਲ ਤੋਂ ਮੈਂ ਨਹੀਂ ਕਹਿ ਰਿਹਾ ਮਨਜੀਤ ਸਿੰਘ ਜੀ ਕੇ ਕਹਿ ਰਹੇ ਆ ਕਿ 50-50 ਸਾਲ ਤੋਂ ਜਿਹੜੀ ਅਕਾਲੀ ਦਲ ਦੀ ਸੀਟਾਂ ਸੀਗੀਆਂ ਮੋਦੀ ਦੀ ਜਦੋਂ ਸੁਨਾਮੀ ਆਈ ਹੋਈ ਸੀਗੀ ਉਹਨਾਂ ਦਾ ਬਿਆਨ ਹੈਗਾ ਕਿ ਮੋਦੀ ਜੀ ਤੋਂ ਸੁਨਾਮੀ ਆਈ ਸੀਗੀ ਪੂਰੇ ਭਾਰਤ 'ਚ ਜਿੱਥੇ ਮੋਦੀ ਜਿੱਤ ਰਿਹਾ ਪਰ ਪੰਜਾਬ ਦੇ ਵਿੱਚ ਆਪਣੇ ਅਲਾਈਅੰਸ ਦੀ ਉਹ ਪਿਛਲੀ ਸੀਟਾਂ ਵੀ ਨਹੀਂ ਬਚਾ ਸਕੇ ਉਹ ਇਸ ਕਰਕੇ ਨਹੀਂ ਬਚੀ ਕਿਉਂਕਿ ਇਹ ਜਿਹੜਾ ਵਿਰੋਧੀ ਦਲ ਸੀ ਇਹਨਾਂ ਨੇ ਖਾਲੜਾ ਖੜੀ ਕਰਤੀ ਖਾਲੜਾ ਸੀ ਆਫਟਰ ਪੰਥਕ ਸੀ ਉਹ ਪੰਥਕ ਖੜੀ ਕਰਕੇ ਵੋਟਾਂ ਸਾੜੀਆਂ ਕੱਟੀਆਂ ਉਹਨੇ ਉਹ ਇਹਨਾਂ ਨੇ ਖੜੀ ਕੀਤੀ ਸੀ ਕਾਂਗਰਸ ਨਾਲ ਰਲ ਕੇ ਕੀਤੀ ਸੀ ਕਾਂਗਰਸ ਨੇ ਖੜੀ ਕਰਵਾਈ ਸੀ ਉਹ ਕਾਂਗਰਸ ਖੜੀ ਕਰਵਾ ਕੇ ਉਹਨੂੰ ਵੋਟਾਂ ਪਵਾਤੀਆਂ ਤੇ ਸਾਡੀਆਂ ਵੋਟਾਂ ਕੱਢ ਗਈਆਂ ਨਹੀਂ ਤਾਂ ਜਿੱਤ ਦੀ ਹਰ ਸਾਲ ਤੋਂ ਕੁਝ ਹਰਾਉਣਾ ਕੋਈ ਜਮੇ ਨਹੀਂ ਸੀ ਗਡਾਰੀ ਤੇ ਨਾ ਕੀਤੀ ਜੇ ਸਾਡੇ ਵਿੱਚ ਬੈਠੇ ਸੀ ਬਾਹਰ ਥੋੜ੍ਹੀ ਕੀਤੀ ਆ ਬਾਕੀ ਸੱਤੇ ਜੀਕੇ ਦੇ ਕਹਿਣ ਕੌਣ ਪੁੱਛਦਾ ਇਹ ਪਤਾ ਨਹੀਂ ਕੀ ਕਹੀ ਜਾਊਗਾ ਸਾਡੀਆਂ 8 ਸੀਟਾਂ ਭਾਵੇਂ ਚਲੀਆਂ ਜਾਣ ਇਹ 2 ਸੀਟਾਂ ਸਾਡੀ ਕੌਮ ਦਾ ਸਵਾਲ ਸੀ ਸਾਡੀ ਇੱਜ਼ਤ ਦਾ ਸਵਾਲ ਸੀ ਇਹ ਸਭ ਗੱਲ ਕਰਾਂਗੇ ਕਿ ਇਹ ਕਿਵੇਂ ਇੱਕ ਇਕੱਲਾ ਪ੍ਰਧਾਨ ਜਿਹੜਾ ਹੈਗਾ ਉਹ ਇਕੱਲੇ ਇਹ ਸਾਰੇ ਕੰਮ ਕਿਵੇਂ ਕਰ ਸਕਦਾ ਹੈਗਾ ਕੀ ਪ੍ਰਧਾਨਗੀ ਦੀ ਕਿ ਇੱਕ ਪ੍ਰਧਾਨ ਦੀ ਐਡੀ ਵੱਡੀ ਪਾਵਰ ਹੁੰਦੀ ਹੈ ਕਿ ਸਾਰੀ ਕਮੇਟੀ ਉਹਦੇ ਪਾਵਰ ਬੜੀ ਵੱਡੀ ਹੁੰਦੀ ਆ ਮੈਂ ਤੁਹਾਨੂੰ ਗੱਲ ਸਮਝਾ ਦਿਆਂ ਪ੍ਰਧਾਨ ਨੇ ਆਪਣੀ ਪਾਵਰ ਬਣਾਉਣ ਵਾਸਤੇ ਪਹਿਲਾਂ ਤੋਂ ਲਈਆਂ ਹਾਊਸ ਵਿੱਚੋਂ ਪਾਵਰਾਂ ਹਾਊਸ ਦੀਆਂ ਸਾਰੀਆਂ ਪਾਵਰਾਂ 3 ਵਾਰੀ ਲੈ ਚੁੱਕਾ ਹੈ ਫਿਰ ਸਰਸੇ ਨੂੰ ਕੱਢਿਆ ਬਾਹਰ ਇੱਕ ਵਾਰੀ ਕੱਢਿਆ ਉਹਨੂੰ 4 ਵਾਰੀ ਕੱਢਿਆ ਪਾਵਰ ਬਾਹਰ ਕੱਢ ਕੇ ਤਾਂ ਫਿਰ ਪਾਵਰਾਂ ਵਰਤੀਆਂ ਉੱਥੇ ਕਹਿੰਦਾ ਪੱਪੂ ਦੇ ਸੈਨ ਕੋਈ ਹੋਰ ਹੈ ਹੀ ਨਹੀਂ ਵਿੱਚ ਪੱਪੂ ਨੇ ਸਾਧਾ ਧੁੰਦ ਮੈਂ ਕਿਹਾ ਪੱਪੂ ਆਹ 97 ਲੱਖ ਦੇ ਤੂੰ ਸੈਨ ਕੀਤੇ ਆ ਇਹ ਚਾਦਰਾਂ ਆਈਆਂ ਕਹਿੰਦਾ ਨਹੀਂ ਤਾਂ ਮੈਂ ਕਿਹਾ ਤੂੰ ਸੈਨ ਕਿਉਂ ਕੀਤੇ ਕਹਿੰਦਾ ਮੈਂ ਤਾਂ ਵਿਸ਼ਵਾਸ ਨਾਲ ਕੀਤੇ ਆ ਖਰਤੀ ਇਹਦੇ ਤੇ ਨਹੀਂ ਨਾ ਕਰਨੇ ਇਹਨੂੰ ਕਢਾਤਾ ਉਹਨੇ ਡੰਡੇ ਦਾ ਕਢਾਇਆ ਦੀ ਬੇਇੱਜ਼ਤੀ ਕਰਕੇ ਕਢਾਇਆ ਉਹਨੂੰ ਕਢਾ ਸੂਬੇਦਾਰ ਉਹਦਾ ਆਪਣਾ ਖਰੀਦਿਆ ਬੰਦਾ ਸੀ ਇਹ ਕਹਿੰਦਾ ਸੀ ਸੂਬੇਦਾਰ ਨੂੰ ਕੱਢ ਸੂਬੇਦਾਰ ਨੂੰ ਕੱਢਦਾ ਕਿਉਂਕਿ ਪੈ ਕੇ ਪਾਉਂਦਾ ਸੀ ਉਹ ਇਸ ਕਰਕੇ ਸੂਬੇਦਾਰ ਪੱਪੂ ਜਗਜੀਵਨ ਜੋਤ ਜਿਹੜਾ ਸਭ ਤੋਂ ਵੱਡਾ ਇਸ ਗੱਲ ਦਾ ਜ਼ਿੰਮੇਵਾਰ ਆ ਇਹਨਾਂ 4-5 ਬੰਦਿਆਂ ਦੇ ਕੰਮ ਸੀ ਇਹ ਕਿਸੇ ਤੀਜੇ ਨੂੰ ਵਿੱਚ ਨਹੀਂ ਸੀ ਵੜਨ ਦਿੰਦੇ ਇਹਨਾਂ ਨੇ ਕੀਤਾ ਇਹ 4 ਬੰਦੇ ਛੁੱਟ ਨਹੀਂ ਸਕਣਗੇ ਅੰਦਰੋਂ ਅੰਦਰੋਂ ਗੱਲਾਂ ਇਹ ਵੀ ਚੱਲ ਰਹੀਆਂ ਕਿ ਸ਼ੰਟੀ ਜਿਹੜਾ ਹੈਗਾ ਇਕੱਲਾ ਇੱਕ ਕਿਸੇ ਪਾਰਟੀ ਤੋਂ ਵੀ ਨਹੀਂ ਹੈਗੇ ਇਕੱਲੇ ਉਹ ਮੈਂਬਰ ਨੇ ਉਹ ਇਕੱਲਾ ਸਾਰੇ ਕੰਮ ਜਾਂ ਤਿੰਨੋਂ ਜਿਹੜੇ ਹੈਗੇ ਕਾਗਜ਼ ਨਹੀਂ ਕਢਾ ਸਕਦਾ ਅੰਦਰੋਂ ਅੰਦਰੀ ਗੱਲਾਂ ਜੋ ਸੰਗਤ 'ਚ ਗੱਲਾਂ ਚੱਲ ਰਹੀਆਂ ਕਿ ਸ਼ਾਇਦ ਹਿੱਸਾ ਵਰਾਂ ਦੀ ਟੀਮ ਨੇ ਸ਼ੰਟੀ ਨੂੰ ਸਪੋਰਟ ਕੀਤੀ ਮਨਜੀਤ ਸਿੰਘ ਜੀਕੇ ਨੂੰ ਥੱਲੇ ਲਾਉਣ ਵਾਸਤੇ ਇਹਦੇ ਵਿੱਚ ਕੀ ਕਹੋਗੇ ਹੋਰ ਗੱਲ ਕਰਦਾ ਮੈਂ ਕਹਿੰਦਾ ਚਲੋ ਗੱਲ ਮੰਨ ਲਓ ਮੈਂ ਕਹਿੰਦਾ ਚਲੋ ਮੰਨ ਲਓ ਇਹ ਸਹੀ ਜੋ ਤੇਰੀ ਗੱਲ ਹੀ ਮੰਨ ਲੈਂਦੇ ਹਾਂ ਬਈ ਕਿਸੇ ਨੇ ਦਿੱਤੇ ਅੰਦਰੋਂ ਪੇਪਰ ਦਿੱਤੇ ਹੋਣੇ ਤਾਂ ਗੱਲ ਬਣੀ ਹੋਣੀ ਹੈ ਪਰ ਜਿਹੜਾ ਦਿੱਤਾ ਇਹਨੂੰ ਡਾਊਨ ਕਰਨ ਦੇ ਵਾਸਤੇ ਕਿਉਂ ਦਿੱਤਾ ਮੈਂ ਤਾਂ ਕਹਿੰਦਾ ਉਹਦਾ ਉਹਨਾਂ ਪੈਰ ਧੋਣੇ ਪਏ ਚਾਹੀਦੇ ਜਿਹਨੇ ਦਿੱਤਾ ਨਹੀਂ ਤਾਂ ਮਰ ਜਾਂਦੀ ਕਮੇਟੀ ਚੁੱਕ ਕੇ ਲੈਣੇ ਸਾਰਾ ਕੁਝ ਜਿਹੜੀ ਚੋਰੀ ਜੇ ਜਾਂ ਚੋਰੀ ਫੜੀ ਨਾ ਜਾਵੇ ਜਾਂ ਸਬੂਤ ਨਾ ਮਿਲਣ ਫਿਰ ਤਾਂ ਤੁਸੀਂ ਜੋ ਮਰਜ਼ੀ ਕਹੀ ਤੁਹਾਡੀ ਸੱਚ ਆ ਆਹ ਜਿਹੜਾ ਉਸ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜੀਕੇ ਸਾਹਿਬ ਤਾਂ ਕਹਿੰਦੇ ਮੇਰੇ ਖਿਲਾਫ ਤਾਂ ਕੋਈ ਗੱਲ ਹੀ ਨਹੀਂ ਹੈ ਸਭ ਸਾਫ ਹੁਣ ਜਿਹੜੀ ਗੱਲ ਤੇਰੇ ਸਾਹਮਣੇ ਮੈਂ ਕਿਹਾ ਬਿੱਲ ਥੋੜ ਪਏ ਰਸੀਦਾਂ ਪਈਆਂ ਉਹਦੀਆਂ ਸਾਈਨ ਲੱਗ ਪੋਦੇ ਤੇ ਹੋਏ ਹਰ ਚੀਜ਼ ਸਾਹਮਣੇ ਪਈ ਹੈ ਤੂੰ ਮੈਂ ਕਿੱਦਾਂ ਕਰਾਂ ਹੁਣ ਮੈਂ ਫੇਕ ਜਾਣਾ ਮੈਂ ਨਹੀਂ ਜੀ ਮੈਂ ਨਹੀਂ ਜੀ ਬਿਲਕੁਲ ਝੂਠ ਬੋਲਦਾ ਔਰ ਇਹਨੂੰ ਹੋਣੇ ਚਾਹੀਦਾ ਦਿੱਲੀ ਤੋਂ ਬਾਹਰ ਚਲ ਜਾਵੇ ਤੇ ਦਿੱਲੀ 'ਚ ਰਹਿਣ ਦਾ ਹੱਕ ਨਹੀਂ ਗੁਰਦੁਆਰੇ ਜਾਣ ਦਾ ਹੱਕ ਨਹੀਂ ਜਾਂ ਸੰਗਤ 'ਚ ਖਲੋ ਕੇ ਜੋੜਿਆਂ 'ਚ ਮਾਫ਼ੀ ਮੰਗੇ ਭਰਾ ਮੇਰੇ ਤੋਂ ਗਲਤੀ ਹੋ ਗਈ ਮੈਂ ਕਰ ਬੈਠਾ ਮੈਨੂੰ ਮਾਫ਼ ਕਰ ਦਿਓ ਤਾਂ ਇਹਦਾ ਬਚਾਇਆ ਨਹੀਂ ਤੇ ਦਿੱਲੀ ਦੇ ਗੁਰਦੁਆਰਿਆਂ 'ਚ ਕੀ ਇਸ ਸੰਗਤ ਜਾਣ ਦਾ ਹੱਕਦਾਰ ਨਹੀਂ ਔਰ ਸੰਗਤਾਂ ਨੂੰ ਬੇਨਤੀ ਹੈ ਮੂੰਹ ਨਾਲ ਉਹਨਾਂ ਨੂੰ ਮੇਰਾ ਤਾਂ ਸਵਾਲ ਹੋਰ ਰਹੇਗਾ ਇਹ ਸਭ ਜਿਸ ਤਰੀਕੇ ਮਨਜੀਤ ਸਿੰਘ ਜੀਕੇ ਦੇ ਖਿਲਾਫ ਇਲਜ਼ਾਮ ਲੱਗੇ ਸਰਨੇ ਧੜਵਲੋਂ ਮਨਜਿੰਦਰ ਸਿੰਘ ਸਿਰਸਾ ਦੇ ਉੱਪਰ ਵੀ ਤਰਪਾਲਾ ਤਰਪੂਲਾ ਦੇ ਲੈ ਕੇ ਕੁਛ ਇਲਜ਼ਾਮ ਲਗਾਏ ਗਏ ਹੈਗੇ ਆ ਝੂਠੇ ਸਾਰੇ ਉਹਨਾਂ ਕੇਸ ਪਾਇਆ ਸੀ ਕੋਰਟ 'ਚ
ਹੁਣ ਪਾਤਾ ਪਾਤਾ ਤਾਂ ਮੁੜ ਕੇ ਹੁਮੂ ਲਿਖਾ ਦੀ ਨਾ ਮੈਂ ਕਿਹਾ ਰਾਮ ਨਾਲ ਰਿਜੈਕਟ ਹੋ ਗਈ ਐਪਲੀਕੇਸ਼ਨ ਰਿਜੈਕਟ ਹੋ ਗਈ ਉਹਨਾਂ ਦੀ ਆਖਰੀ ਸਵਾਲ ਰਹੇਗਾ ਅਕਾਲੀ ਦਲ ਦੀ ਸਾਖ ਤੇ ਕੀ ਫਰਕ ਪੈ ਰਿਹਾ ਹੈਗਾ ਕਿਉਂਕਿ ਜੇ ਗੱਲ ਕਰੀਏ ਹੋਰ ਡੇਢ ਦੋ ਸਾਲਾਂ ਬਾਅਦ ਜਿਹੜੀ ਹੈਗੀ ਹੈ ਦਿੱਲੀ ਕਮੇਟੀ ਦੀ ਚੋਣਾਂ ਆ ਜਾਣੀ ਹੈਗੀ ਆ ਸੰਗਤ ਦੇ ਵਿੱਚ ਕੀ ਚਿਹਰਾ ਲੈ ਕੇ ਤੁਸੀਂ ਜਾਓਗੇ ਸੰਗਤ ਦੇ ਵਿੱਚ ਕਿਸ ਤਰੀਕੇ ਤੁਸੀਂ ਕਿਹੜੀ ਸਾਖ ਲੈ ਕੇ ਜਾਓਗੇ ਕਿ ਦਿੱਲੀ ਕਮੇਟੀ ਦੇ ਕਿਹੜੇ ਕੰਮ ਤੁਸੀਂ ਗਿਣਾਓਗੇ ਕਿਉਂਕਿ ਕਰਪਸ਼ਨ ਤੋਂ ਵੱਧ ਜਿਹੜਾ ਹੈਗਾ ਹੁਣ ਇਸ ਲੈਵਲ ਆ ਗਿਆ ਕਿ ਤੁਸੀਂ ਆਪ ਹੀ ਆਪਣੀ ਪਾਰਟੀ ਦੇ ਬੰਦੇ ਨੂੰ ਐਕਸਪੋਜ਼ ਕਰਨਾ ਪੈ ਰਿਹਾ ਬਿਲਕੁਲ ਠੀਕ ਗੱਲ ਆ ਅਸੀਂ ਕਰਪਸ਼ਨ ਜਿਹੜੀ ਹੈ ਬਿਲਕੁਲ ਖਤਮ ਕਰ ਦਿਆਂਗੇ ਪਾਰਦਰਸ਼ਤਾ ਕਰ ਦਿਆਂਗੇ ਆਨਲਾਈਨ ਅਕਾਊਂਟ ਕਰ ਦਿਆਂਗੇ ਇੱਕ ਅਸੀਂ ਬਹੁਤ ਵੱਡੀ ਡਿਲਾਈਟ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ CA ਦੀ ਅਕਾਊਂਟ ਦਾ ਅਸੀਂ ਆਡਿਟ ਕਰਾਉਣ ਲੱਗੇ ਹਾਂ ਆਰਡਰ ਜੋ ਹੋ ਜਾਏਗਾ ਤਾਂ ਦਿੱਲੀ ਦਾ ਸੰਗਤ ਨੂੰ ਪਤਾ ਲੱਗ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮਨਜੀਤ ਸਿੰਘ ਜੀ ਕੇ ਮੋਮਬੱਤੀ ਕਿਹਾ ਜਾ ਰਿਹਾ ਕਿ ਆਪਣੀ ਫੇਰ ਜਗਾਣ ਕੇ ਜਿਹੜੀ ਪਹਿਲੀ ਪਾਰਟੀ ਸੀ ਉਹਨੂੰ ਅਸਰ ਕੇ ਬੱਤੇ ਜਗਾ ਲੈ ਉਹਨੂੰ ਕੱਖ ਨਹੀਂ ਜਗਣਾ ਇਹਦਾ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਕੰਪੀਟੀਸ਼ਨ ਪਹੁੰਚ ਜਾਣਗੇ ਜਗੇ ਵੀ ਜੇਲ੍ਹ ਜਾਊਗਾ ਜੇਲ੍ਹ ਇਹ ਨਹੀਂ ਜਗ ਸਕਦੀ ਹੁਣ ਜੇਲ੍ਹ 'ਚ ਲੱਗੂਗੀ ਜਾ ਕੇ ਇਸ ਕਰਕੇ ਜੋ ਆਡਿਟ ਹੋ ਗਿਆ ਨਾ ਉਹ ਸਾਡਾ ਸੱਚਾਈ ਦਾ ਸਬੂਤ ਆ ਫਿਰ ਅਸੀਂ ਸੱਚ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਔਰ ਪਾਵਰਾਂ ਪ੍ਰਧਾਨ ਦੀਆਂ ਸੀਮਿਤ ਕਰ ਦਿੱਤੀਆਂ ਉਸ ਪੰਜਾਂ ਬੰਦਿਆਂ ਨੇ ਬਰਾਬਰ ਉਹਨੇ ਸੀਮਿਤ ਕੀਤੀ ਹੈ ਸੀਮਿਤ ਕਰਤੀਆਂ ਬਰਾਬਰ ਦੇ ਕੋਈ ਅੱਗੇ ਤੋਂ ਇਹੀ ਗੱਲ ਆ ਰਹੀ ਹੈ ਕਿ ਜੇ ਪ੍ਰਧਾਨ ਦੀ ਪਹਿਲੇ ਨਹੀਂ ਪਾਵਰ ਸੀ ਕਿ ਹੁਣ ਕਿੱਦਾਂ ਬਚਾ ਕੀਤਾ ਜਾਏਗਾ ਕਿ ਪਾਵਰਾਂ ਦੇ ਉੱਪਰ ਕੁਝ ਕੰਟਰੋਲ ਕੀਤਾ ਹੁਣ ਕੋਈ ਸਕੱਤਰ ਨਹੀਂ ਕੱਢਿਆ ਜਾਊਗਾ ਕੋਈ ਮੈਂਬਰ ਨਹੀਂ ਕੱਢਿਆ ਜਾਊਗਾ ਹੁਣ ਪ੍ਰਧਾਨ ਆ ਪੰਜਾਂ ਨੂੰ ਪੁੱਛ ਕੇ ਚੱਲੂਗਾ ਪੰਜਾਂ ਆਪਣੀ ਕਮੇਟੀ ਮੀਟ ਕਰਕੇ ਫੈਸਲਾ ਜੋ ਹੋਏਗਾ ਉਹਦੇ 'ਤੇ ਕੰਮ ਕਰੂਗਾ ਦੂਜਾ ਨਹੀਂ ਕਰ ਸਕਦਾ ਠੀਕ ਹੈ ਸਾਡੇ ਨਾਲ ਮੌਜੂਦ ਸੀਗੇ ਸਰਦਾਰ ਅਵਤਾਰ ਸਿੰਘ ਹਿੱਤ ਸਾਹਿਬ ਜੋ ਕਿ ਪ੍ਰਧਾਨ ਨੇ ਤਖ਼ਤ ਪਟਨਾ ਸਾਹਿਬ ਕਮੇਟੀ ਦੇ ਔਰ ਦਿੱਲੀ ਸਿਖਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨਹੀਂ ਅਤੇ ਸੀਨੀਅਰ ਲੀਡਰ ਨੇ ਉਹਨਾਂ ਕਿਹਾ ਕਿ ਜੇ ਹੁਣ ਕੋਈ ਪ੍ਰਧਾਨ ਇਹੋ ਜਿਹਾ ਕੰਮ ਨਾ ਕਰਕੇ ਇਸ ਕਰਕੇ ਪ੍ਰਧਾਨ ਦੀ ਪਾਵਰਾਂ ਨੂੰ ਲਿਮਿਟਡ ਕੀਤਾ ਗਿਆ ਪੰਜਾਂ ਬੰਦਿਆਂ ਦੀ ਸਹਿਮਤੀ ਚਾਹੀਦੀ ਹੈ ਸੋ ਇਸ ਦਾ ਮਤਲਬ ਹੈ ਕਿ ਜੇ ਹੁਣ ਜੇ ਦਿੱਲੀ ਕਮੇਟੀ ਦੇ ਵਿੱਚ ਜੇ ਕੁਛ ਚੰਗੀ ਜਾਂ ਕੋਈ ਕਰਪਸ਼ਨ ਦੀ ਜੇ ਖਬਰ ਆਉਂਦੀ ਹੈ ਤਾਂ ਪੰਜੋ ਜਣੇ ਉਹਦੇ ਨੈਤਿਕ ਜ਼ਿੰਮੇਵਾਰ ਹੋਣਗੇ ਇਹ ਸਾਰੀ ਜੋ ਕਿ ਗੱਲ ਅਪਡੇਟ ਲੈ ਕੇ ਰਿਪੋਰਟ ਲੈ ਕੇ ਤੁਹਾਡੇ ਅੱਗੇ ਅਕਾਲ ਚੈਨਲ ਟੀਮ ਹਾਜ਼ਰ ਸੀਗੀ ਜੁੜੇ ਸੀਗੇ ਸਰਦਾਰ ਹਿੱਤ ਸਾਹਿਬ ਦੇ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਦੇਖਦੇ ਰਹੋ ਅਕਾਲ ਚੈਨਲ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਬੋਲੇ